ਪਿਛਲੇ 15 ਦਿਨਾਂ ਦੇ ਵਿੱਚ 15 ਮੌਤਾਂ ਡਰਗ ਦੇ ਨਾਲ ਸਰ ਹੋ ਚੁਕੀਆਂ ਪਰ ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਸਰਕਾਰ ਚਾਹੇ ਕਾਂਗਰਸੀਆਂ ਦੀ ਹੋਵੇ ਸਰਕਾਰ ਚਾਹੇ ਬਦਲਾਵ ਵਾਲੀ ਆਮ ਆਦਮੀ ਪਾਰਟੀ ਦੀ ਹੋਵੇ ਨਸ਼ਾ ਨਹੀਂ ਰੁਕਿਆ ਆਖਿਰ ਪੰਜਾਬ ਦੇ ਵਿੱਚ ਨਸ਼ੇ ਵਾਲੇ ਇੰਨੇ ਪਾਵਰਫੁਲ ਕਿਵੇਂ ਆ ਕਿ ਕੋਈ ਸਰਕਾਰ ਵੀ ਨਹੀਂ ਇਹਨਾਂ ਨੂੰ ਰੋਕ ਸਕ ਆਪ ਰੋਕ ਪਾਰੀ ਜਿੰਨੇ ਵੀ ਪੋਲੀਟੀਕਲ ਪਾਰਟੀਆਂ ਡਿਫਰੈਂਟ ਪਾਰਟੀਆਂ ਦੇ ਹੈਗੇ ਨੇ ਉਹਨਾਂ ਨੇ ਪਹਿਲਾਂ ਇਹ ਕਿਹਾ ਕਿ ਸਰਕਾਰਾਂ ਬਕਾੰਦੀਆਂ ਨਸ਼ਾ ਅਦਰਵਾਈਜ਼ ਨਸ਼ਾ ਨਹੀਂ ਹੋ ਸਕਦਾ ਤੇ ਕੁਝ ਟਾਈਮ ਬਾਅਦ ਉਹ ਸਰਕਾਰ ਚ ਆ ਜਾਂਦੇ ਆ ਫਿਰ ਉਹ ਚੁੱਪ ਹੋ ਜਾਂਦੇ ਆ ਮੇਰਾ ਆਪਣਾ ਐਕਸਪੀਰੀਅੰਸ ਹੈ ਲਾ ਐਨਫੋਰਸਮੈਂਟ ਦੇ ਵਿੱਚ ਕਿ ਜੇ ਸਰਕਾਰ ਚਾਵੇ ਤਾਂ ਪਤਾ ਨਹੀਂ ਹਿੱਲ ਸਕਦਾ ਇਹ ਨਸ਼ੇ ਵਾਲੇ ਜਿਹੜੇ ਹੈ ਇਹ ਬੁਝਦਰ ਲੋਕ ਨੇ ਇਹ ਕ੍ਰਿਮੀਨਲ じゃ ਹੈ ਇਹ ਪੈਟੀ ਕ੍ਰਿਮੀਨਲਸ ਨਹੀਂ ਇਹਨਾਂ ਦੀ ਇੰਨੀ ਹਿੰਮਤ ਨਹੀਂ ਕਿ ਵਿਦਆਊਟ ਸਰਕਾਰ ਦੇ ਪ੍ਰੋਟੈਕਸ਼ਨ ਤੋਂ ਬਿਨਾ ਸਰਕਾਰ ਦੀ ਸ਼ੈਤ ਤੋਂ ਬਿਨਾ ਜਾਂ ਸਰਕਾਰ ਦੀ ਨਲੈਕੀ ਤੋਂ ਬਿਨਾ ਇਹ ਕੋਈ ਕੰਮ ਕਰ ਲੈਣ ਨਸ਼ਾ ਵੇਚਣ ਦਾ ਜਾਂ ਟਰਾਂਸਪੋਰਟ ਕਰਨ ਦਾ ਕੈਪਟਨ ਅਮਰਿੰਦਰ ਸਿੰਘ ਹੂਰਾ ਨੇ ਹੱਥ 'ਚ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਲਕ ਤੋੜ ਦੂੰਗਾ ਤੇ ਨਸ਼ਾ ਜਿਹੜਾ ਉਹ ਫੇਰ ਵੀ ਉਵੇਂ ਹੀ ਚੱਲਦਾ ਰਿਹਾ ਕੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਐਮ ਐਲ ਏ ਮੰਤਰੀ ਜਾਂ ਕੋਈ ਸਰਕਾਰ ਦੇ ਨੁਮਾਇੰਦੇ ਰਲੇ ਹੋਏ ਸੀ ਇਸ ਸਮਗਲਰਾਂ ਦੇ ਨਾਲ ਕਾਂਗਰਸ ਦੇ ਟਾਈਮ ਮੈਕਸਿਮ ਨਸ਼ਾ ਹੋਇਆ ਕਾਂਗਰਸ ਦੇ ਮੰਤਰੀ ਸ਼ਾਮਿਲ ਸੀ ਉਸ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਸ਼ਾਮਿਲ ਸੀ ਕਾਂਗਰਸ ਦੇ ਲੋਕਾਂ ਨੇ ਐਡਮਿਟ ਕੀਤਾ ਆਪ ਹੀ ਕਿ ਕਿੰਨੇ ਐਮ ਐਲ ਏ ਸ਼ਾਮਿਲ ਸੀਗੇ ਇਲੈਕਟਿੰਗ ਦੇ ਵਿੱਚ 30 ਐਮ ਐਲ ਏ ਕਾਂਗਰਸ ਦੇ ਉਸ ਟਾਈਮ ਕਿਹੜੇ ਕਿਹੜੇ ਵੀ ਜਿਹੜੀ ਇਹ ਗੱਲ ਕਹਿ ਰਹੇ ਹੋ ਕਿ 30 ਐਮਐਲਏ ਕਾਂਗਰਸ ਦੇ ਨਜਾਇਜ਼ ਮਾਈਨਿੰਗ ਦੇ ਵਿੱਚ ਇਨਵੋਲਵ ਸੀ ਬਹੁਤ ਵੱਡੀ ਇਹ ਸਟੇਟਮੈਂਟ ਹੈ ਇਹ ਫੈਕਟ ਹੈ ਜੇ ਸਰਕਾਰ ਨੂੰ ਚਾਹੀਦਾ ਹੈ ਮੈਂ ਸਰਕਾਰ ਨੂੰ ਨਾ ਦੱਸ ਸਕਦਾ ਹਨ ਦੇ ਵਿੱਚੋਂ ਕੁਝ ਮੌਜੂਦਾ ਵੀ ਐਮਐਲਏ ਕਾਂਗਰਸ ਹੋ ਸਕਦਾ ਉਹਨਾਂ ਦੇ ਵਿੱਚ ਮੌਜੂਦਾ ਵੀ ਹੈਗੇ ਕਾਂਗਰਸ ਦੇ ਜੇ ਰਹਿਣਾਂ ਤਾਂ ਇੱਕ ਵੀ ਐਮਐਲਏ ਤੇ ਕਾਰਵਾਈ ਨਹੀਂ ਨਹੀਂ ਜੇ ਸਰਕਾਰ ਚਾਹੁੰਦੀ ਹੈ ਮੈਂ ਦੱਸਾਂਗਾ ਸਰਕਾਰ ਨੂੰ ਫਿਰ ਆਵੇ ਸਰਕਾਰ ਮੈਂ ਦੱਸਦਾ ਵੀ ਆਹ ਬੰਦੇ ਸ਼ਾਮਿਲ ਸੀਗੇ ਇੱਕ ਕੇਸ ਦੇ ਵਿੱਚ ਮੈਂ ਲੈਟਰ ਲਿਖੇ ਪੰਜਾਬ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਪੁਰਾਣੀ ਪਿਛਲੀ ਸਰਕਾਰ ਨੂੰ ਇੱਕ ਡੀਡਿਕਸ਼ਨ ਗੋਲੀ ਆਉਂਦੀ ਹੈ ਬੂਫਰੇ ਨੋਰਫਨ ਅੱਛਾ ਉਹ ਕੇਸ ਅਸੀਂ ਕਰ ਰਹੇ ਸੀ ਪੰਜਾਬ ਸਰਕਾਰ ਤੋਂ ਇਨਫੋਰਮੇਸ਼ਨ ਮੰਗੀ ਉਹਨਾਂ ਨੇ ਪੰਜਾਬ ਸਰਕਾਰ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਰਿਫਿਊਜ਼ਡ ਅੱਛਾ ਇਹ ਗੱਲ ਕਰਦੇ ਯੈਸ ਦੇਣੀ ਡੀ ਕੋ ਕੋਈ ਇਨਫੋਰਮੇਸ਼ਨ ਨਹੀਂ ਦੇਣੀ ਇਹਦਾ ਮਤਲਬ ਚੋਰ ਸੀ ਚੋਰ ਨਹੀਂ ਸੀ ਇਹ ਲੋਕ ਕ੍ਰਿਮੀਨਲਸ ਨੇ ਐਸ ਪਰ ਲਾ ਪਿਛਲੀ ਸਰਕਾਰ ਦੇ ਖਿਲਾਫ ਪਿਛਲੇ ਸਰਕਾਰ ਦੇ ਬੰਦੇ ਜਿਹੜੇ ਇਨਵੋਲਡ ਸੀਗੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਐਮ ਐਲ ਏਜ਼ ਹੋਣ ਚਾਹੇ ਉਸ ਟਾਈਮ ਦੇ ਮਿਨਿਸਟਰਜ਼ ਹੋਣ ਇੰਨੀ ਬੇਸ਼ਰਮੀ ਸੀ ਕਾਂਗਰਸ ਦੇ ਟਾਈਮ ਦੇ ਵਿੱਚ ਉਹਨਾਂ ਨੇ ਈ ਡੀ ਨੂੰ ਇਨਫੋਰਮੇਸ਼ਨ ਦੇਣਾ ਮਨ੍ਹਾ ਕਰਤਾ ਈ ਡੀ ਨੂੰ ਇਨਫੋਰਮੇਸ਼ਨ ਨਹੀਂ ਦੇਵਾਂਗੇ ਅੱਛਾ ਯੈਸ ਕਰਪਸ਼ਨ ਨਹੀਂ ਨਾ ਕੀਤਾ ਉਸ ਟਾਈਮ ਕਮ ਸੇ ਕਮ ਵੀ 400 ਕਰੋੜ ਦਾ ਸਕੈਮ ਸੀ ਉਹ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਿਹੜੀ ਗੋਲੀ ਸਪਲਾਈ ਹੁੰਦੀ ਸੀ ਉਹ ਤਕਰੀਬਨ 400 ਕਰੋੜ ਦਾ ਸਕੈਮ ਸੀ ਅੱਛਾ ਕਾਂਗਰਸ ਸਰਕਾਰ ਦੇ ਟਾਈਮ ਹੋਇਆ ਉਹ ਨਾ ਉਹ ਸਰਕਾਰ ਨੇ ਐਕਸ਼ਨ ਲਿਆ ਨਾ ਇਸ ਸਰਕਾਰ ਨੇ ਐਕਸ਼ਨ ਲਿਆ ਇਹਦਾ ਮਤਲਬ ਸਾਰੇ ਬੰਦੇ ਮਿਲੇ ਹੋਏ ਨੇ ਜਿਹੜੇ ਇਨਵੈਸਟੀਗੇਟ ਮੈਂ ਕਰ ਰਿਆ ਸੀ ਲੋਕਾਂ ਨੂੰ ਹਾਈ ਕੋਰਟ ਦੇ ਵਿੱਚ ਕਾਂਗਰਸ ਸਰਕਾਰ ਉਹਨਾਂ ਨੂੰ ਪ੍ਰੋਟੈਕਸ਼ਨ ਕਰ ਰਹੀ ਸਾਨੂੰ ਸਪੋਰਟ ਘੱਟ ਸੀ ਮੁਲਜ਼ਮਾਂ ਨੂੰ ਜ਼ਿਆਦਾ ਸਪੋਰਟ ਸੀ ਕੀ ਕੋਈ ਪੁਲਿਸ ਅਫਸਰ ਇਨਵੋਲਡ ਸੀਗਾ ਪੰਜਾਬ ਪੁਲਿਸ ਦਾ ਕੋਈ ਅਫਸਰ ਇਨਵੋਲਡ ਸੀਗਾ ਨਸ਼ੇ ਦੇ ਵਿੱਚ ਜੇ ਦੀ ਨਸੀ ਇਨਵੈਸਟੀਗੇਸ਼ਨ ਕਰ ਰਹੀ ਸੀ ਪੰਜਾਬ ਪੁਲਿਸ ਵੀ ਕਰ ਰਹੀ ਸੀ 5 ਸਾਲ ਇਹ ਕੈਪਟਨ ਮੁਖਮੰਤਰੀ ਰਿਹਾ 5 ਇਅਰਸ ਕੋਈ ਐਕਸ਼ਨ ਨਹੀਂ ਲਿਆ ਉਹ ਦੇ ਖਿਲਾਫ ਇਹ ਕੀ ਸ਼ੋ ਕਰਦਾ ਇੱਕ ਇਹ ਵੀ ਗੱਲਾਂ ਆਈਆਂ ਸੀ ਸਾਹਮਣੇ ਕਿ ਜਿਹੜੀ ਨਕਲੀ ਸ਼ਰਾਬ ਜਿਹੜੀ ਜਿਹਦੇ ਨਾਲ ਧਰਮਤਾਰ ਨਮੋਤਾ ਹੋਈਆਂ ਸੀ ਉਹਦੇ ਵਿੱਚ ਵੀ ਕਾਂਗਰਸ ਦੇ 10 ਵੱਡੇ ਲੀਡਰ ਐਮ ਐਲ ਏ ਮੰਤਰੀਆਂ ਕੁਝ ਐਮ ਪੀ ਜਿਹੜੇ ਮੌਜੂਦ ਸੀਗੇ ਉਸ ਇਨਵੋਲਵ ਸੀ ਉਸ ਨਕਲੀ ਸ਼ਰਾਬ ਮਸਲੇ ਦੇ ਵਿੱਚ ਉਹਨਾਂ ਨੂੰ ਵੀ ਬਚਾਇਆ ਕੈਪਟਨ ਅਮਰਿੰਦਰ ਸਿੰਘ ਸੁਖਵੰਦਰ ਜੀ ਮੈਂ ਗੱਲ ਦੱਸਾਂ ਕਿ ਕਾਂਗਰਸ ਦਾ ਪਿਛਲਾ 5 ਸਾਲ ਦਾ ਜਿਹੜਾ ਰਾਜ ਸੀ ਉਹ ਇੱਕ ਮਾਫੀਆ ਰਾਜ ਸੀ ਰਕਦੇ ਵਿੱਚ ਪ੍ਰੋਟੈਕਸ਼ਨ ਦੇ ਰਹੀ ਸੀ ਸਰਕਾਰ ਇਲੀਗਲ ਮਾਰਕਿੰਗ ਦੇ ਵਿੱਚ ਪ੍ਰੋਟੈਕਸ਼ਨ ਦੇ ਰਹੀ ਸੀ ਸਰਕਾਰ ਇਲੈਸਿਟ दारू ਦੇ ਵਿੱਚ ਪ੍ਰੋਟੈਕਸ਼ਨ ਦੇ ਰਹੀ ਸੀ ਸਰਕਾਰ ਪੰਜਾਬ ਸਰਕਾਰ ਉਸ ਟਾਈਮ ਦੇ ਮੁੱਖ ਮੰਤਰੀ ਜਦੋਂ ਭਗਵੰਤ ਮਾਨ ਉਹਨਾਂ ਦੀ ਸਰਕਾਰ ਆਉਣੀ ਸੀ ਤਾਂ ਭਗਵੰਤ ਮਾਨ ਹੋਣੀ ਅਕਾਲੀਆਂ ਨੂੰ ਵੀ ਕੋਸ ਦੇ ਰਹੇ ਨਸ਼ੇ ਦੇ ਵਾਸਤੇ ਕਾਂਗਰਸੀਆਂ ਨੂੰ ਵੀ ਕੋਸ ਦੇ ਰਹੇ ਤੁਸੀਂ ਕਿਹਾ ਕਿ ਪ੍ਰੋਟੈਕਸ਼ਨ ਕਾਂਗਰਸੀ ਸਰਕਾਰ ਨੇ ਕੀਤੀ ਡਰਗਸ ਸਮਗਲਣਾ ਯੈਸ ਫਿਰ ਭਗਵੰਤ ਮਾਨ ਦੀ ਕੀ ਮਜਬੂਰੀ ਹੈ ਨਾ ਕਿਸੇ ਅਕਾਲੀ ਤੇ ਕਾਰਵਾਈ ਹੋਈ ਹੈ ਡਰਗ ਮਸਲੇ ਦੇ ਵਿੱਚ ਨਾ ਕਿਸੇ ਕਾਂਗਰਸੀ ਤੇ ਹੋਈ ਹੈ ਇਹਦਾ ਮਤਲਬ ਭਗਵੰਤ ਮਾਨ ਵੀ ਮਿਲ ਗਏ ਤੋ ਇਹਦਾ ਮਤਲਬ ਇਹ ਹੈ ਕਿ ਫਿਰ ਇਹਨਾਂ ਦੀ ਵੀ ਕਿਤੇ ਨਾ ਕਿਤੇ ਮਿਲੀ ਉਹਨਾਂ ਦੇ ਨਾਲ ਮਿਲੀ ਭੁਗਤ ਹੈ ਇਨੇ ਦਿਨੀ ਪੰਜਾਬ ਦੇ ਵਿੱਚ ਡਰੱਗ ਦਾ ਮਸਲਾ ਬਹੁਤ ਜ਼ਿਆਦਾ ਉੱਠਿਆ ਹੋਇਆ ਹੈ ਮਾਈਨਿੰਗ ਦਾ ਵੀ ਪਿਛਲੇ 15 ਦਿਨਾਂ ਦੇ ਵਿੱਚ 15 ਲੋਕਾਂ ਦੀ ਮੌਤ ਜਿਹੜੀ ਆ ਉਹ ਡਰੱਗ ਦੇ ਕਾਰਨ ਚਲੀ ਗਈ ਹੈ ਤੇ ਮਾਈਨਿੰਗ ਦਾ ਕਾਲਾ ਧੰਦਾ ਵੀ ਪੰਜਾਬ ਦੇ ਵਿੱਚ ਬੰਦ ਜਿਹੜਾ ਉਹ ਨਹੀਂ ਹੋ ਪਾਰਿਆ ਭਗਵੰਤ ਜਿਹੜੇ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਹੁੰਦੇ ਅਕਾਲੀਆਂ ਨੂੰ ਵੀ ਘੇਰਦੇ ਹੁੰਦੇ ਸੀ ਕਿ ਇਹ ਨਸ਼ਾ ਲਿਆਇਆ ਮਾਈਨਿੰਗ ਵੀ ਇਹ ਚਲਾ ਰਹੇ ਆ ਫਿਰ ਕਾਂਗਰਸ ਸਰਕਾਰ ਨੂੰ ਵੀ ਘੇਰਦੇ ਰਹੇ ਕਿ ਇਹ ਮਾਈਨਿੰਗ ਚਲਾ ਰਹੇ ਆ ਤੇ ਚਿਟਾ ਨਸ਼ਾ ਜਿਹੜਾ ਇਹ ਆਪ ਵਕਾਰੇ ਆ ਸਰਕਾਰਾਂ ਹੀ ਬਕਾਉਂਦੀਆਂ ਨਹੀਂ ਤਾਂ ਚਿਟਾ ਕਿਵੇਂ ਵਿਕ ਸਕਦਾ ਪਰ ਹੁਣ ਭਗਵੰਤਬਾਨ ਦੀ ਆਪਣੀ ਸਰਕਾਰ ਹੈ ਤੇ ਫਿਰ ਰੋਕ ਕਿਉਂ ਨਹੀਂ ਰਿਹਾ ਇਸ ਪੂਰੇ ਅਹਿਮ ਮਸਲਿਆਂ ਦੇ ਉੱਪਰ ਜਿਵੇਂ ਡਰੱਗ ਹੋ ਗਿਆ ਜਾਂ ਕਹਿ ਲੋ ਕਿ ਮਾਈਨਿੰਗ ਹੋ ਗਈ ਇਹਨਾਂ ਅਹਿਮ ਮਸਲਿਆਂ ਦੇ ਉੱਪਰ ਪੰਜਾਬ ਦੇ ਬਹੁਤ ਹਾਈ ਪ੍ਰੋਫਾਈਲ ਕੇਸਾਂ ਨੂੰ ਡੀਲ ਕਰ ਚੁੱਕੇ ਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਸਰਦਾਰ ਨਰਿੰਦਰ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਕਾਫੀ ਅਹਿਮ ਗੱਲਾਂ ਬਾਤਾਂ ਜਿਹੜੀਆਂ ਕਰਾਂਗੇ ਔਰ ਕਾਫੀ ਅਹਿਮ ਇਹ ਇੰਟਰਵਿਊ ਔਰ ਬਹੁਤ ਵੱਡੇ ਖੁਲਾਸੇ ਇਸ ਇੰਟਰਵਿਊ ਦੇ ਵਿੱਚ ਅਸੀਂ ਜਿਹੜੇ ਉਹ ਕਰਾਂਗੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸਰ ਸਵਾਗਤ ਹੈ ਜੀ ਪ੍ਰੋਗਰਾਮ 'ਚ ਥੈਂਕ ਯੂ ਹੋਰ ਸਰ ਸਿਹਤ ਪ੍ਰਵਾਹਕ ਵੈਰੀ ਫਾਈ ਜੀ ਸਰ ਪਹਿਲਾਂ ਤਾਂ ਮੈਂ ਇਸੇ ਜਿਹੜੇ ਪਹਿਲਾਂ ਡਰੱਗ ਵਾਲੇ ਮਸਲੇ ਤੇ ਗੱਲ ਕਰਨੀ ਚਾਹੂੰਗਾ ਦੋਵੇਂ ਬਹੁਤ ਅਹਿਮ ਮਸਲੇ ਆ ਵੈਸੇ ਡਰੱਗ ਵੀ ਔਰ ਮਾਈਨਿੰਗ ਵੀ ਪਹਿਲਾਂ ਮੈਂ ਡਰੱਗ ਵਾਲੇ ਮਸਲੇ ਤੇ ਆਉਣਾ ਪਿਛਲੇ 15 ਦਿਨਾਂ ਦੇ ਵਿੱਚ 15 ਮੌਤਾਂ ਡਰੱਗ ਦੇ ਨਾਲ ਸਰ ਹੋ ਚੁੱਕੀਆਂ ਸਰਕਾਰ ਆਉਂਦੀ ਹੈ ਪਿਛਲੇ ਸਾਲ ਨੂੰ ਕੋਸ ਦੀ ਰਹਿੰਦੀ ਐ ਤਾਂ ਜਾਂ ਫਿਰ ਦੂਜਿਆਂ ਨੂੰ ਕੋਸ ਦੀ ਰਹਿੰਦੀ ਐ ਪਰ ਸਰਕਾਰ ਚਾਹੇ ਅਕਾਲੀਆਂ ਦੀ ਹੋਵੇ ਸਰਕਾਰ ਚਾਹੇ ਕਾਂਗਰਸੀਆਂ ਦੀ ਹੋਵੇ ਸਰਕਾਰ ਚਾਹੇ ਬਦਲਾਵ ਵਾਲੀ ਆਮ ਆਦਮੀ ਪਾਰਟੀ ਦੀ ਹੋਵੇ ਨਸ਼ਾ ਨਹੀਂ ਰੁਕਿਆ ਆਖਿਰ ਪੰਜਾਬ ਦੇ ਵਿੱਚ ਨਸ਼ੇ ਵਾਲੇ ਇੰਨੇ ਪਾਵਰਫੁਲ ਕਿਵੇਂ ਐ ਕਿ ਕੋਈ ਸਰਕਾਰ ਵੀ ਨਹੀਂ ਇਹਨਾਂ ਨੂੰ ਰੋਕ ਰੋਕ ਪਾਰੀ ਇਹ ਬੜੇ ਦੁੱਖ ਦੀ ਗੱਲ ਐ ਅਫਸੋਸ ਐ ਬਹੁਤ ਇਸ ਗੱਲ ਦਾ ਸਰਕਾਰਾਂ ਆਏ ਤੀਸਰੀ ਤੱਕ ਲਗਭਗ ਚੌਥੀ ਸਰਕਾਰ ਜਾ ਰਹੀ ਐ ਪਿਛਲੇ 15 ਸਾਲਾਂ ਚ ਨਸ਼ਾ ਜਿਸ ਟਾਈਮ ਪਹਿਲਾਂ ਸੀਗਾ ਉਸੇ ਤਰੀਕੇ ਨਾਲ ਚੱਲ ਰਿਹਾ ਸਰਕਾਰਾਂ ਬਦਲ ਗਈਆਂ ਰੰਗ ਬਦਲ ਗਏ ਸਰਕਾਰਾਂ ਦੇ ਨਾਮ ਬਦਲ ਗਏ ਪੰਜਾਬ ਦੀ ਬਦਕਿਸਮਤੀ ਹੈ ਕਿ ਸਾਡਾ ਸਾਡੇ ਬੱਚੇ ਮਰ ਰਹੇ ਆ ਸਾਡੀ ਜ਼ੁਬਾਨੀ ਖਤਮ ਹੋ ਰਹੀ ਹੈ ਪੰਜਾਬ ਦਾ ਨਾਮ ਪੰਜਾਬੀਆਂ ਦਾ ਨਾਮ ਬਦਨਾਮ ਹੋ ਰਿਹਾ ਸਾਰੇ ਵਰਲਡ ਦੇ ਵਿੱਚ ਕਿ ਨਸ਼ੇੜੀ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਸਾਨੂੰ ਨਸ਼ੇੜੀ ਸਮਝਦੇ ਸਾਰੇ ਵਰਲਡ ਦੇ ਵਿੱਚ ਵੀ ਸਾਨੂੰ ਨਸ਼ੇੜੀ ਸਮਝਦੇ ਪੰਜਾਬ ਦੇ ਬੰਦੇ ਬੱਚੇ ਨਸ਼ਾ ਕਰਦੇ ਹਾਂ ਨਸ਼ਾ ਕਿਉਂ ਹੋ ਰਿਹਾ ਹੈ ਕਿਉਂ ਨਹੀਂ ਰੁਕ ਰਿਹਾ ਇਹ ਜਿਹੜੇ ਪੋਲੀਟੀਕਲ ਲੋਕ ਹੈ ਆਪਣੇ ਆਪ ਹੀ ਸਵਾਲ ਕਰਦੇ ਨੇ ਆਪਣੇ ਆਪ ਹੀ ਜਵਾਬ ਦਿੰਦੇ ਨੇ ਜਿੰਨੇ ਵੀ ਪੋਲੀਟੀਕਲ ਪਾਰਟੀ ਡਿਫਰੈਂਟ ਪਾਰਟੀਆਂ ਦੇ ਹੈਗੇ ਨੇ ਉਹਨਾਂ ਨੇ ਪਹਿਲਾਂ ਇਹ ਕਿਹਾ ਹੈ ਕਿ ਸਰਕਾਰਾਂ ਬਕਾੰਦੀਆਂ ਨਸ਼ਾ ਅਦਰਵਾਈਜ਼ ਨਸ਼ਾ ਨਹੀਂ ਹੋ ਸਕਦਾ ਤੇ ਕੁਝ ਟਾਈਮ ਬਾਅਦ ਉਹ ਸਰਕਾਰ 'ਚ ਆ ਜਾਂਦੇ ਆ ਫਿਰ ਉਹ ਚੁੱਪ ਹੋ ਜਾਂਦੇ ਮੇਰਾ ਆਪਣਾ ਐਕਸਪੀਰੀਅੰਸ ਹੈ ਲਾ ਐਨਫੋਰਸਮੈਂਟ ਦੇ ਵਿੱਚ ਕਿ ਜੇ ਸਰਕਾਰ ਜਾਵੇ ਤਾਂ ਪੱਤਾ ਨਹੀਂ ਹਿੱਲ ਸਕਦਾ ਜੀ ਇਹ ਨਸ਼ੇ ਵਾਲੇ ਜਿਹੜੇ ਐ ਇਹ ਬੁਝਦਲ ਲੋਕ ਨੇ ਇਹ ਕ੍ਰਿਮੀਨਲ ਜ ਹੈ ਇਹ ਪੈਟੀ ਕ੍ਰਿਮੀਨਲ ਜ ਨਹੀਂ ਇਹਨਾਂ ਦੀ ਇੰਨੀ ਹਿੰਮਤ ਨਹੀਂ ਕਿ ਵਿਦਆਊਟ ਸਰਕਾਰ ਦੇ ਪ੍ਰੋਟੈਕਸ਼ਨ ਤੋਂ ਬਿਨਾ ਸਰਕਾਰ ਦੀ ਸ਼ੈ ਤੋਂ ਬਿਨਾ ਜਾਂ ਸਰਕਾਰ ਦੀ ਨਲੈਕੀ ਤੋਂ ਬਿਨਾ ਇਹ ਕੋਈ ਕੰਮ ਕਰ ਲੈਣ ਨਸ਼ਾ ਵੇਚਣ ਦਾ ਜਾਂ ਟ੍ਰਾਂਸਪੋਰਟ ਕਰਨ ਦਾ ਜੇ ਨਸ਼ਾ ਹੋ ਰਿਹਾ ਪੰਜਾਬ ਚ ਹੁਣ ਬਦਲਾਵ ਵਾਲੀ ਸਰਕਾਰ ਆਉਣ ਤੋਂ ਬਾਅਦ ਵੀ ਤੈ ਇਹਦਾ ਮਤਲਬ ਸਾਫ਼ ਹੈ ਅਕੋਰਡਿੰਗ ਟੂ ਥੈਮ ਆਲਸੋ ਇਸ ਸਰਕਾਰ ਦੇ ਲੋਕਾਂ ਦੇ ਮੁਤਾਬਕ ਵੀ ਕਿ ਇਸ ਨਸ਼ਾ ਉਹਦਾ ਨਹੀਂ ਵਿਕ ਸਕਦਾ ਨਸ਼ਾ ਸਰਕਾਰਾਂ ਵੀ ਕਾਂਦੀਆਂ ਇਸੇ ਸਰਕਾਰ ਦੇ ਬੰਦੇ ਕਹਿੰਦੇ ਸੀ ਪਹਿਲਾਂ ਜਿਸ ਟਾਈਮ ਆਪੋਜੀਸ਼ਨ ਦੇ ਸੀਗੇ ਪਰ ਮੇਨ ਇਸ਼ੂ ਦੇ ਉੱਪਰ ਜੇ ਆਈਏ ਇਹ ਸਾਡੀ ਬਦਕਿਸਮਤੀ ਹੈ ਕਿ ਸਰਕਾਰ ਦੇ ਵਿੱਚ ਐਸੇ ਲੋਕ ਬੈਠੇ ਨੇ ਜਿਨ੍ਹਾਂ ਦੀ ਕ੍ਰੈਡਿਬਿਲਿਟੀ ਕੋਈ ਨਹੀਂ ਇਹਨਾਂ ਨੂੰ ਕੋਈ ਸੀਰੀਅਸਲੀ ਲੈਂਦਾ ਨਹੀਂ ਕਿਉਂਕਿ ਜਿਹੜੇ ਇਹਨਾਂ ਦੇ ਕੰਮ ਨਹੀਂ ਐਜ਼ ਪਰ ਲਾਅ ਡਿਊਟੀ ਹੈ ਉਹ ਡਿਊਟੀ ਇਹ ਨਹੀਂ ਕਰਦੇ ਨਹੀਂ ਕਰਦੇ ਸਰ ਬੜੀ ਹੈਰਾਨੀ ਦੀ ਗੱਲ ਹੈ ਕਿ 50 ਕਿਲੋਮੀਟਰ ਦਾ ਜਿਹੜਾ ਏਰੀਆ ਵਧਾਇਆ ਸੀ ਬੀਐਸਐਫ ਦੇ ਵਾਸਤੇ ਉਹ ਵੀ ਜਿਹੜਾ ਉਹ ਦੇ ਦਿੱਤਾ ਗਿਆ ਬੀਐਸਐਫ ਨੂੰ ਨਸ਼ਾ ਜਿਹੜਾ ਉਹ ਫੇਰ ਵੀ ਨਹੀਂ ਰੋਕ ਰਿਹਾ ਪੰਜਾਬ ਦੇ ਵਿੱਚ ਕੀ ਇਹ ਇਹਨਾਂ ਸਰਕਾਰ ਦੀ ਨਲਾਇਕੀ ਹੈ ਜਾਂ ਮਿਲੀ ਭੁਗਤ ਹੈ ਵੈਸੇ ਤੁਸੀਂ ਸਾਫ਼ ਇਸ ਮਸਲੇ ਤੇ ਜਿਹੜਾ ਉਹ ਕਰ ਹੀ ਚੁੱਕੇ ਹੋ ਪਰ ਫੇਰ ਵੀ ਬੀਐਸਐਫ ਨੂੰ ਇਹ ਮਸਲਾ ਜਿਹੜਾ ਜਿੰਨੀ 50 ਕਿਲੋਮੀਟਰ ਦਾ ਏਰੀਆ ਦੇਣ ਦੇ ਬਾਵਜੂਦ ਵੀ ਇਹ ਨਸ਼ਾ ਨਹੀਂ ਰੋਕ ਰਿਹਾ ਨਹੀਂ ਬੀਐਸਐਫ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਬੀਐਸਐਫ ਨੂੰ ਜਿਹੜਾ ਏਰੀਆ ਦਿੱਤਾ ਗਿਆ ਹੈ ਉਹਦੇ ਵਿੱਚ ਉਹ ਐਕਸ਼ਨ ਕਰ ਰਹੇ ਉਹਨਾਂ ਦਾ ਐਕਸ਼ਨ ਸਿਰਫ ਬੀਐਸਐਫ ਦਾ ਐਕਸ਼ਨ ਸਿਰਫ ਇਹ ਹੈ ਕਿ ਜਿਹੜਾ ਨਸ਼ਾ ਇੱਧਰ ਆ ਰਿਹਾ ਹੈ ਬਾਰਡਰ ਤੋਂ ਪਾਰ ਦਾ ਉਸ ਸਾਈਡ ਦਾ ਜਿਹੜਾ ਨਸ਼ਾ ਹੀਰ ਆ ਰਿਹਾ ਉਹ ਨਸ਼ੇ ਨੂੰ ਫੜਨਾ ਡਰਗ ਨੂੰ ਫੜਨਾ ਤੇ ਪੁਲਿਸ ਦੇ ਹਵਾਲੇ ਕਰਨਾ ਮੁਲਜ਼ਮਾਨ ਨੂੰ ਵੀ ਤੇ ਨਸ਼ੇ ਨੂੰ ਵੀ ਉਹਨਾਂ ਨੂੰ ਕਹਿਣਾ ਫਰਦਰ ਇਨਵੈਸਟੀਗੇਸ਼ਨ ਕਰੋ ਜੀ ਇਹ ਕੰਮ ਸਟੇਟ ਪੁਲਿਸ ਦਾ ਤੇ ਸੈਂਟਰਲ ਪੁਲਿਸ ਜਿਹੜੀ ਐਨਸੀਬੀ ਹੈ ਇਹ ਉਹਨਾਂ ਦਾ ਕੰਮ ਹੈ ਨਸ਼ੇ ਦੇ ਮੇਨ ਸੋਦਾਗਰ ਕੌਣ ਨੇ 5 ਕਿਲੋ 2 ਕਿਲੋ 500 ਗ੍ਰਾਮ 250 ਗ੍ਰਾਮ ਫੜ ਕੇ ਜਾਂ ਸਕੂਟਰ ਤੇ ਆਇਆ ਜਾਂ ਟਰੈਕਟਰ ਤੇ ਆਇਆ ਬੰਦਾ ਇਹਨਾਂ ਨੂੰ ਫੜ ਕੇ ਤੁਸੀਂ ਕੋਈ ਬਹੁਤ ਵੱਡਾ تیر ਨਹੀਂ ਮਾਰ ਲਿਆ ਹੂੰ 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 ਤੁਹਾਡੇ ਕੋਲ ਇੰਟੈਲੀਜੈਂਸ ਹੋਣੀ ਚਾਹੀਦੀ ਹੈ ਹੂੰ ਕੌਣ ਬੰਦੇ ਇੰਡੀਆ ਦੇ ਸ਼ਾਮਿਲ ਨੇ ਮੇਨ ਬੰਦੇ ਹੂੰ ਸਾਈਕਲ ਤੇ ਤੁਰਨ ਵਾਲੇ ਨਹੀਂ ਮੇਨ ਬੰਦੇ ਜਿਹੜੇ ਏਸੀ ਕਮਰਿਆਂ 'ਚ ਬੈਠਦੇ ਨੇ ਮਗਰਮਚ ਜਿਹੜੇ ਪਾਵਰਫੁੱਲ ਲੋਕਾਂ ਦੇ ਨਾਲ ਬੈਠਦੇ ਨੇ ਜਿਹੜੇ ਮਿਨਿਸਟਰਾਂ ਦੇ ਨਾਲ ਸਰਕਾਰਾਂ ਦੇ ਨਾਲ ਤੁਰਦੇ ਨੇ ਹੂੰ ਉਹਨਾਂ ਦੀ ਇਨਵੋਲਵਮੈਂਟ ਹੈ ਹੂੰ ਜਿਹੜੇ ਸਾਈਕਲ ਦੇ ਉੱਪਰ ਤੁਰਦੇ ਉਹਨਾਂ ਦੀ ਹਿੰਮਤ ਨਹੀਂ ਕਿ ਇੰਡੀਪੈਂਡੈਂਟਲੀ ਕੋਈ ਕ੍ਰਾਈਮ ਕਰ ਲੈਣ ਉਹਨਾਂ ਨੂੰ ਪ੍ਰੋਟੈਕਸ਼ਨ ਹੈ ਪਾਵਰਫੁੱਲ ਲੋਕਾਂ ਦਾ ਹੂੰ ਇਹ ਮੈਂ ਗੱਲ ਪੂਰੇ ਜਮੇਵਰ ਨਾਲ ਕਹਿਣਾ ਮੇਰਾ ਆਪਣਾ ਐਕਸਪੀਰੀਅੰਸ ਹੈ ਅੱਛਾ ਲਾ ਐਨਫੋਰਸਮੈਂਟ ਦੇ ਵਿੱਚ ਜੇ ਕਿਸੇ ਪਾਵਰਫੁਲ ਬੰਦੇ ਦਾ ਕਿਸੇ ਕ੍ਰਿਮੀਨਲ ਲੋਨ ਪ੍ਰੋਟੈਕਸ਼ਨ ਨਹੀਂ ਹੈਗਾ ਤੇ ਉਹ ਤੜਲੇ ਨਾਲ ਕੰਮ ਨਹੀਂ ਕਰ ਸਕਦਾ ਮੈਂ ਇਸੇ ਦੀ ਔਨ ਲੱਗਿਆ ਸੀ ਜੀ ਕੈਪਟਨ ਅਮਰਿੰਦਰ ਸਿੰਘ ਹੂਰਾ ਨੇ ਹੱਥ 'ਚ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਕਿ ਮੈਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਲੱਕ ਤੋੜ ਦੂੰਗਾ ਤੇ ਨਸ਼ਾ ਜਿਹੜਾ ਉਹ ਫੇਰ ਵੀ ਉਵੇਂ ਹੀ ਚੱਲਦਾ ਰਿਹਾ ਕੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਵੀ ਐਮ ਐਲ ਏ ਮੰਤਰੀ ਜਾਂ ਕੋਈ ਸਰਕਾਰ ਦੇ ਨੁਮਾਇंदे ਰਲੇ ਹੋਏ ਸੀ ਇਸ ਸਮਗਲਰਾਂ ਦੇ ਨਾਲ ਇਹ ਲੋਕ ਜਿਹੜੇ ਪੋਲਿਟਿਕਲ ਲੋਕ ਜਿਹੜੇ ਹਵਾ ਬਾਜੀ ਕਰਦੇ ਨੇ ਉਹ ਬਿਸ਼ਰਮ ਲੋਕ ਨੇ ਉਹਨਾਂ ਨੂੰ ਸ਼ਰਮ ਆਣੀ ਚਾਹੀਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਗੁਟਕਾ ਸਾਫ ਫੜਨ ਦੀ ਲੋੜ ਨਹੀਂ ਸੀ ਇਹ ਕਾਕਾ ਜੀ ਤੇਰੀ ਜ਼ਿੰਮੇਵਾਰੀ ਹੈ ਤੇਰੀ ਰਿਸਪੌਂਸਿਬਿਲਟੀ ਹੈ ਤਾਂ ਮੁੱਖ ਮੰਤਰੀ ਬਣ ਗਿਆ ਤਾਂ ਤੇਰੀ ਜ਼ਿੰਮੇਵਾਰੀ ਹੈ ਲਾਈਨ ਆਰਡਰ ਦੇਖਣਾ ਕ੍ਰਾਈਮ ਨੂੰ ਖਤਮ ਕਰਨਾ ਟੈਕਲ ਕਰਨਾ ਉਹਨੂੰ ਫਾਈਟ ਕਰਨਾ ਫਿਨਿਸ਼ ਕਰਨਾ ਉਹਦੇ ਵਾਸਤੇ ਗੁਟਕਾ ਸਾਹਿਬ ਦੀ ਲੋੜ ਨਹੀਂ ਜੇ ਤੂੰ ਗੁਟਕਾ ਸਾਹਿਬ ਹੱਥ 'ਚ ਲਿਆ ਹੈ ਦੈਨ ਇਟ ਯੂਰ ਰਿਸਪੌਂਸਿਬਿਲਟੀ ਕੰਪਲੀਟ ਰਿਸਪੌਂਸਿਬਿਲਟੀ ਤੂੰ ਕਿਹਾ ਸੀ ਮੈਂ 2 ਮਹੀਨਾ 4 ਮਹੀਨਾ 'ਚ ਮਲਕ ਤੋੜ ਦੂੰਗਾ ਉਸ ਬੰਦੇ ਤੇ ਜਾਣ ਤੋਂ ਬਾਅਦ ਵੀ ਅਜ ਤੱਕ ਨਸ਼ਾ ਹੋ ਰਿਹਾ ਹੈ ਕਾਂਗਰਸ ਦੇ ਟਾਈਮ ਮੈਕਸਿਮ ਨਸ਼ਾ ਹੋਇਆ ਕਾਂਗਰਸ ਦੇ ਮੰਤਰੀ ਸ਼ਾਮਿਲ ਸੀ ਉਸ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਸ਼ਾਮਿਲ ਸੀ ਅੱਛਾ ਯੈਸ ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਕਾਂਗਰਸ ਦੇ ਮੁੱਖ ਮੰਤਰੀ ਸ਼ਾਮਿਲ ਸੀ ਉਸ ਟਾਈਮ ਬਿਕਾਜ਼ ਉਹਨਾਂ ਲੋਕਾਂ ਨੇ ਐਕਸ਼ਨ ਨਹੀਂ ਲਿਆ ਹੂੰ ਜਿਹੜੇ ਇਨਵੈਸਟੀਗੇਟ ਮੈਂ ਕਰ ਰਿਹਾ ਸੀ ਲੋਕਾਂ ਨੂੰ ਹਾਈ ਕੋਰਟ ਦੇ ਵਿੱਚ ਕਾਂਗਰਸ ਸਰਕਾਰ ਉਹਨਾਂ ਨੂੰ ਪ੍ਰੋਟੈਕਸ਼ਨ ਕਰ ਰਹੀ ਸੀ ਹੂੰ ਸਾਨੂੰ ਸਪੋਰਟ ਘੱਟ ਸੀ ਮੁਲਜ਼ਮਾਂ ਨੂੰ ਜ਼ਿਆਦਾ ਸਪੋਰਟ ਸੀ ਹੂੰ ਯੈਸ ਅੱਛਾ ਜਾਨੀ ਪੰਜਾਬ ਦੇ ਕਾਂਗਰਸ ਦੇ ਐਮਐਲਏ ਮੰਤਰੀ ਉਸ ਸਮੇਂ ਦੀ ਸਰਕਾਰ ਦੇ ਐਮਐਲਏ ਮੰਤਰੀ ਨਹੀਂ ਮੈਂ ਮੁੱਖ ਮੰਤਰੀ ਦੀ ਗੱਲ ਕਰਦਾ ਰਿਸਪੌਂਸਿਬਿਲਟੀ ਮੁੱਖ ਮੰਤਰੀ ਦੀ ਹੈ ਇਟ ਇਜ਼ ਦੀ ਚੀਫ ਮਿਨਿਸਟਰ ਹੂ ਹੈਜ਼ ਟੂ ਟੇਕ ਦੀ ਰਿਸਪੌਂਸਿਬਿਲਟੀ ਜਿਹੜਾ ਬੰਦਾ ਕਹਿੰਦਾ ਮੈਂ ਗੁਟਕਾ ਚੱਕ ਕੇ ਗੁਟਕਾ ਸਾਹੂ ਚੱਕ ਕੇ ਮੈਂ ਖਤਮ ਕਰ ਦੂੰਗਾ ਤੇ ਇਹ 5 ਸਾਲ ਤੱਕ ਕੋਈ ਐਕਸ਼ਨ ਨਹੀਂ ਲੈਂਦਾ ਹੂੰ ਹੂੰ ਇਹ ਕੋਈ ਪੁਲਿਸ ਅਫਸਰ ਇਨਵੋਲਡ ਸੀਗਾ ਹੂੰ ਪੰਜਾਬ ਪੁਲਿਸ ਦਾ ਕੋਈ ਅਫਸਰ ਇਨਵੋਲਡ ਸੀਗਾ ਨਸ਼ੇ ਦੇ ਵਿੱਚ ਜਿਹਦੀ ਨਸੀ ਇਨਵੈਸਟੀਗੇਸ਼ਨ ਕਰ ਰਹੀ ਸੀ ਪੰਜਾਬ ਪੁਲਿਸ ਵੀ ਕਰ ਰਹੀ ਸੀ 5 ਸਾਲ ਇਹ ਕੈਪਟਨ ਮੁੱਖ ਮੰਤਰੀ ਰਿਹਾ 5 ਇਅਰਸ ਕੋਈ ਐਕਸ਼ਨ ਨਹੀਂ ਲੈ ਉਹ ਦਿਖਲਾਪ ਇਹ ਕੀ ਸ਼ੋ ਕਰਦਾ ਇਕੱਲਾ ਮੁੱਖ ਮੰਤਰੀ ਸੀ ਜਾਂ ਹੋਰ ਵੀ ਕੋਈ ਨਹੀਂ ਮੁੱਖ ਮੰਤਰੀ ਜਾਂ ਤੇ ਜੇ ਮੁੱਖ ਮੰਤਰੀ ਆਪ ਸ਼ਾਮਿਲ ਹੈ ਤੇ ਹੋਰ ਕਿਸੇ ਲੋੜ ਹੀ ਨਹੀਂ ਜੇ ਹੋਰ ਕੋਈ ਸ਼ਾਮਿਲ ਹੈ ਤਾਂ ਮੁੱਖ ਮੰਤਰੀ ਦੀ ਨਲਾਈ ਕੀ ਹੈ ਕਿ ਪੁਲਿਸ ਅਫਸਰ ਜਿਹੜਾ ਜਿਹਦੇ ਉੱਪਰ ਸ਼ੱਕ ਹੈ ਹਾਲੇ ਅਸੀਂ ਇਹ ਨਹੀਂ ਕਹਿ ਸਕਦੇ ਉਹਦੇ ਖਿਲਾਫ ਕੋਈ ਕੋਰਟ ਨੇ ਆਰਡਰ ਨਹੀਂ ਕੀਤਾ ਉਸ ਪੁਲਿਸ ਅਫਸਰ ਦੇ ਖਿਲਾਫ ਪਰ ਸਰਕਾਰ ਪ੍ਰਜੰਤ ਸਰਕਾਰ ਨੇ ਉਹਦੇ ਖਿਲਾਫ ਆਰਡਰ ਕੀਤੇ ਨੇ ਇੱਕ ਇਹ ਵੀ ਗੱਲਾਂ ਆਈਆਂ ਸੀ ਸਾਹਮਣੇ ਕਿ ਜਿਹੜੀ ਨਕਲੀ ਸ਼ਰਾਬ ਜਿਹੜੀ ਜਿਹਦੇ ਨਾਲ ਤਰਮ ਤਾਰਨ ਮੌਤਾਂ ਹੋਈਆਂ ਸੀ ਉਦੇ ਵਿੱਚ ਵੀ ਕਾਂਗਰਸ ਦੇ 10 ਵੱਡੇ ਲੀਡਰ ਐਮ ਐਲ ਏ ਮੰਤਰੀ ਜਾਂ ਕੁਝ ਐਮ ਪੀ ਜਿਹੜੇ ਮੌਜੂਦ ਸੀਗੇ ਉਸ ਇਨਵੋਲਵ ਸੀ ਉਸ ਨਕਲੀ ਸ਼ਰਾਬ ਮਸਲੇ ਦੇ ਵਿੱਚ ਉਹਨਾਂ ਨੂੰ ਵੀ ਬਚਾਇਆ ਕੈਪਟਨ ਅਮਰਿੰਦਰ ਸਿੰਘ ਨੇ ਸੁਖਵੰਦਰ ਜੀ ਮੈਂ ਗੱਲ ਦੱਸਾਂ ਕਿ ਕਾਂਗਰਸ ਦਾ ਪਿਛਲਾ 5 ਸਾਲ ਦਾ ਜਿਹੜਾ ਰਾਜ ਸੀ ਉਹ ਇੱਕ ਮਾਫੀਆ ਰਾਜ ਸੀ ਇਹ ਮਾਫੀਆ ਵਾਸ ਰਨਿੰਗ ਦ ਸਟੇਟ ਡਰਗ ਦੇ ਵਿੱਚ ਪ੍ਰੋਟੈਕਸ਼ਨ ਦੇ ਰਹੇ ਸੀ ਸਰਕਾਰ ਇਲੀਗਲ ਮਾਰਕਿੰਗ ਦੇ ਵਿੱਚ ਪ੍ਰੋਟੈਕਸ਼ਨ ਦੇ ਰਹੀ ਸੀ ਸਰਕਾਰ ਇਲੀਸੀਟ ਦਾਰੂ ਦੇ ਵਿੱਚ ਪ੍ਰੋਟੈਕਸ਼ਨ ਦੇ ਰਹੀ ਸੀ ਸਰਕਾਰ ਪੰਜਾਬ ਸਰਕਾਰ ਉਸ ਟਾਈਮ ਦੇ ਮੁੱਖ ਮੰਤਰੀ ਦੀ ਸਰਕਾਰ ਤੇ ਤੁਸੀਂ ਕਿਦਾਂ ਇਹ ਕਹਿ ਸਕਦੇ ਹੋ ਕਿ ਉਹ ਇਸ ਤਰ੍ਹਾਂ ਦੇ ਸਰਕਾਰ ਲੋਕਾਂ ਦੀ ਭਲਾਈ ਕਰੂਗੀ ਹਮਮ ਸਭ ਤੋਂ ਵੱਡੇ ਕ੍ਰਾਈਮ ਹੈ ਹਿਊਮੈਨਿਟੀ ਦੇ ਖਿਲਾਫ ਨਸ਼ਾ ਸਾਡੇ ਜ਼ਬਾਨ ਮਰ ਗਏ ਹਜ਼ਾਰਾਂ ਮਰ ਗਏ ਲੱਖਾਂ ਮਰ ਗਏ ਹੋਣੇ ਪਿਛਲੇ 10 15 ਸਾਲਾਂ ਚ ਮੋਰ ਥੈਨ ਮੋਰ ਥੈਨ 1 ਲੱਖ ਕੁਝ ਰਿਪੋਰਟ ਹੋਏ ਹੈ ਕੁਝ ਰਿਪੋਰਟ ਨਹੀਂ ਹੋਏ ਨਾ ਕਾਲੀਆਂ ਨੇ ਸਰਕਾਰ ਨੇ ਕੁਛ ਕੀਤਾ ਨਾ ਕਾਂਗਰਸ ਸਰਕਾਰ ਨੇ ਕੁਛ ਕੀਤਾ ਇਹ ਤੇ 2 ਸਾਲ ਚਲੇ ਗਏ 2.5 ਸਾਲ ਇਸ ਸਰਕਾਰ ਨੇ ਥਿੰਗਸ ਆਰ ਮੂਵਿੰਗ ਸੇਮ ਵੇ ਕੋਈ ਫਰਕ ਨਹੀਂ ਬੱਚੇ ਸਾਡੇ ਹੁਣ ਵੀ ਮਰ ਰਹੇ ਡੈਲੀ ਦੀ ਔਸਤ ਹੈ ਬੱਚਾਂ ਦੀ 2 3 2 3 ਨੌਜਵਾਨ ਸਾਡੇ ਡੈਲੀ ਮਰਦੇ ਨੇ ਪਰ ਉਹ ਰਿਪੋਰਟ ਕਟੋਂਦੇ ਨੇ ਕਟ ਹੁੰਦੀ ਰੀਸੈਂਟ ਦੇ ਵਿੱਚ ਹੁਣ ਬਿਸ਼ਰਮੀ ਇੰਨੀ ਹੈ ਕਿ ਰੀਸੈਂਟ ਦੇ ਵਿੱਚ ਦੀਨਾ ਨਗਰ ਦੇ ਵਿੱਚ ਕੋਈ ਪਿੰਡ ਹੈਗਾ ਉੱਥੇ ਦੋ ਮੁੰਡੇ ਜੰਮੂ ਤੋਂ ਆਏ ਨਸ਼ਾ ਕਰਨ ਪੰਜਾਬ ਦੇ ਵਿੱਚ ਉਹ ਦੋਨੇ ਉਹ ਵੀ ਮਰ ਗਏ ਤੇ ਜਿਹੜਾ ਉਹਨਾਂ ਦਾ ਦੋਸਤ ਸੀਗਾ ਜਿਹੜਾ ਇੱਥੇ ਦਿਨਨਗਰ ਆਇਆ ਗੁਰਦਾਸਪੁਰ ਉਹ ਵੀ ਮਰ ਗਿਆ ਸ਼ਰਮ ਦੀ ਗੱਲ ਹੈ ਕਿ ਸਾਡੇ ਸਟੇਟ ਕੋਲ ਇੰਨਾ ਨਸ਼ਾ ਹੈ ਕਿ ਗਵਾਂਢੀ ਰਾਜਾਂ ਦੇ ਮੁੰਡੇ ਬੱਚੇ ਵੀ ਇੱਥੇ ਨਸ਼ਾ ਕਰਨ ਆਉਂਦੇ ਹਮ ਬਿਲਕੁਲ ਬਹੁਤ ਵੱਡੀ ਸ਼ੈਮਫੁਲ ਹੈ ਔਰ ਦੇਖੋ ਜਦੋਂ ਭਗਵੰਤ ਮਾਨ ਉਹਨਾਂ ਦੀ ਸਰਕਾਰ ਆਉਣੀ ਸੀ ਤਾਂ ਭਗਵੰਤ ਮਾਨ ਜੁਣੀ ਅਕਾਲੀਆਂ ਨੂੰ ਵੀ ਕੋਸ ਦੇ ਰਹੇ ਨਸ਼ੇ ਦੇ ਵਾਸਤੇ ਕਾਂਗਰਸੀਆਂ ਨੂੰ ਵੀ ਕੋਸ ਦੇ ਰਹੇ ਤੁਸੀਂ ਕਿਹਾ ਕਿ ਪ੍ਰੋਟੈਕਸ਼ਨ ਕਾਂਗਰਸੀ ਸਰਕਾਰ ਨੇ ਕੀਤੀ ਡਰਗਸ ਸਮਗਲਰਾਂ ਦੀ ਫਿਰ ਭਗਵੰਤ ਮਾਨ ਦੀ ਕੀ ਮਜਬੂਰੀ ਹੈ ਨਾ ਕਿਸੇ ਅਕਾਲੀ ਤੇ ਕਾਰਵਾਈ ਹੋਈ ਹੈ ਡਰਗ ਮਸਲੇ ਦੇ ਵਿੱਚ ਨਾ ਕਿਸੇ ਕਾਂਗਰਸੀ ਤੇ ਹੋਈ ਹੈ ਇਹਦਾ ਮਤਲਬ ਭਗਵੰਤ ਮਾਨ ਵੀ ਮਿਲ ਗਏ ਦੇਖੋ ਜੀ ਪੋਲਿਟੀਕਲ ਗੱਲਾਂ ਦਾ ਮੈਂ ਜਵਾਬ ਨਹੀਂ ਦੇ ਸਕਦਾ ਪਰ ਆਮ ਜਿਹੜੇ ਲੋਕ ਪੰਜਾਬ ਦੇ ਸਮਝਦੇ ਨੇ ਉਹ ਇਹ ਹੈ ਕਿ ਕਿਉਂਕਿ ਇਹ ਸਰਕਾਰ ਕਾਂਗਰਸ ਦੇ ਟਾਈਮ ਜਿੰਨੇ ਬੰਦੇ ਇਨਵੋਲਟ ਸੀਗੇ ਚਾਹੇ ਡਰੱਗ ਦੇ ਵਿੱਚ ਸੀਗੇ ਸ਼ਾਮਿਲ ਚਾਹੇ ਇਲੀਗਲ ਮਾਈਨਿੰਗ ਦੇ ਵਿੱਚ ਸ਼ਾਮਿਲ ਸੀ ਚਾਹੇ ਇਲੀਸਿਟ ਦਾਰੂ ਦੇ ਵਿੱਚ ਸ਼ਰਾਬ ਦੇ ਵਿੱਚ ਜੋ ਸ਼ਾਮਿਲ ਸੀਗੇ ਜਾਂ ਜਿਹੜੀ ਲੈਂਡ ਇਲੀਗਲ ਸਰਕਾਰੀ ਲੈਂਡ ਦੇ ਉੱਪਰ ਜ਼ਬਰਦਸਤੀ ਕਬਜ਼ੇ ਕੀਤੇ ਹੋਏ ਲੋਕ ਉਹ ਸ਼ਾਮਿਲ ਉਹਨਾਂ ਦੇ ਖਿਲਾਫ ਇਸ ਸਰਕਾਰ ਨੇ ਹਲੇ ਤੱਕ ਕੋਈ ਡਿਸਾਈਜ਼ਿਵ ਐਕਸ਼ਨ ਨਹੀਂ ਲਿਆ ਕੋਈ ਡਿਸਾਈਜ਼ਿਵ ਐਕਸ਼ਨ ਨਹੀਂ ਲਿਆ ਇਹਦਾ ਮਤਲਬ ਇਹ ਹੈ ਕਿ ਫਿਰ ਇਹਨਾਂ ਦੀ ਵੀ ਕਿਤੇ ਨਾ ਕਿਤੇ ਮਿਲੀ ਭੁਗਤ ਹੈ ਇਹਦਾ ਮਤਲਬ ਸਾਫ਼ ਹੈ ਹੁਣ ਇਹ ਵੀ ਬਹੁਤ ਵੱਡੀ ਇੱਕ ਬਿਸ਼ਰਮੀ ਦੀ ਗੱਲ ਆ ਜਿਨ੍ਹਾਂ ਤੇ ਤੁਸੀਂ ਇਲਜ਼ਾਮ ਲਾਉਂਦੇ ਰਹੇ ਹੋ ਕਿ ਇਹ ਨਸ਼ਾ ਵਕਾਉਂਦੇ ਆ ਕਾਲੀ ਕਾਂਗਰਸ ਹੀ ਨਸ਼ਾ ਵਕਾਉਂਦੇ ਆ ਤੇ ਜਦੋਂ ਤੁਸੀਂ ਸਰਕਾਰ ਦੇ ਵਿੱਚ ਆ ਗਏ ਹੁਣ ਉਹੀ ਬੰਦੇ ਤੁਹਾਡੇ ਤੇ ਇਲਜ਼ਾਮ ਲਾਈ ਜਾ ਰਹੇ ਸ਼ੈਮਫੁਲ ਹੈ ਇਹ ਪੰਜਾਬ ਦੇ ਲੋਕਾਂ ਦਾ ਬਦਕਿਸਮਤੀ ਹੈ ਪੰਜਾਬ ਦੇ ਲੋਕ ਇਸ ਸਰਕਾਰ ਨੂੰ ਲੈ ਕੇ ਆਏ ਸੀ ਕਿ ਜਿਹੜੀ ਇਹ ਬੰਦੇ ਸੀ ਸਰਕਾਰ ਦੇ ਵਿੱਚ ਹੁਣ ਸ਼ਾਮਿਲ ਉਹ ਪੁਰਾਣੀ ਸਰਕਾਰਾਂ ਨੂੰ ਗਾਲਾਂ ਕੱਢਦੇ ਸੀ ਇਹ ਸਰਕਾਰ ਇਹ ਬੰਦੇ ਠੀਕ ਨਹੀਂ ਹੈਗੇ ਕ੍ਰਾਈਮ ਦੇ ਖਿਲਾਫ ਲੜਦੇ ਨਹੀਂ ਨਸ਼ਾ ਦੇ ਖਿਲਾਫ ਲੜਦੇ ਨਹੀਂ ਕਰਪਸ਼ਨ ਕਰਦੇ ਆ ਇਹਨਾਂ ਦੇ ਟਾਈਮ ਸੇਮ ਕਰਪਸ਼ਨ ਹੋ ਰਿਹਾ ਸੇਮ ਨਸ਼ੇ ਚੱਲ ਰਹੇ ਇਲੀਗਲ ਮਾਈਨਿੰਗ ਵੀ ਹੋ ਰਿਹਾ ਈਵਨ ਜਿਹੜੀ ਮੈਂ ਲੈਂਡ ਡਰੱਗ ਕੇਸਾਂ ਦੇ ਵਿੱਚ ਜ਼ਬਤ ਕਰਾਈ ਸੀ ਅਟੈਚ ਕਰਾਈ ਸੀ ਉੱਥੇ ਵੀ ਭੋਲਾ ਭੋਲਾ ਜਿਹੜਾ ਡਰੱਗ ਕੇਸ ਸੀ ਉਹਦੇ ਵਿੱਚ ਉੱਥੇ ਵੀ ਮਾਈਨਿੰਗ ਹੋ ਰਹੀ ਹੈ ਇਲੀਗਲ ਮਾਈਨਿੰਗ ਹੋ ਰਹੀ ਹੈ ਇਹਨਾਂ ਦੇ ਟਾਈਮ ਜਿਹੜੀ ਜ਼ਬਤ ਕੀਤੀ ਹੋਈ ਹੈ ਜਿਹੜੀ ਅਟੈਚ ਕੀਤੀ ਆ ਜੀ ਨੇ ਇਸ ਤੋਂ ਜ਼ਿਆਦਾ ਸ਼ਰਮ ਦੀ ਗੱਲ ਕੁਝ ਨਹੀਂ ਹੋ ਸਕਦੀ ਮੈਂ ਇਹਦੇ ਤੇ ਵੀ ਹੋਂ ਨਾ ਪਰ ਥੋੜਾ ਜਿਹਾ ਮੈਂ ਹੋਰ ਸਵਾਲ ਲੈਣਾ ਚਾਹੂੰਗਾ ਭਗਵੰਤਮਾਨ ਜਿਹੜੇ ਉਹ ਇਹ ਦਾਅਵੇ ਕਰਦੇ ਰਹਿੰਦੇ ਸੀਗੇ ਕਿ ਮੈਂ ਨਸ਼ਾ ਖਤਮ ਵੀ ਕਰਤਾ ਫਿਰ ਹੁਣ ਕਹਿ ਰਹੇ ਨੇ ਜੀ ਅਗਲੀ 26 ਜਨਵਰੀ ਤੱਕ ਅਗਲੇ 15 ਅਗਸਤ ਤੱਕ ਇਹ ਨਸ਼ਾ ਖਤਮ ਕਰ ਦਿਆਂਗੇ ਇੱਕ ਤੁਸੀਂ ਦੇਖਿਆ ਹੋਣਾ ਸਮਾਗਮ ਕਰਾਤਾ ਸਕੂਲੀ ਬੱਚਿਆਂ ਨੂੰ ਇੱਕੋ ਜੀਆਂ ਪੱਗਾਂ ਚੁੰਨੀਆਂ ਬਣਾ ਕੇ ਲੈ ਗਏ ਜੀ ਉੱਥੇ ਜੀ ਅਰਦਾਸ ਕਰਨੀਆਂ ਕਹਿੰਦੇ ਦਰਬਾਰ ਸਾਹਿਬ ਠੀਕ ਆ ਅਸੀਂ ਮਨੁੱਖਤਾ ਦੇ ਭਲੇ ਦੇ ਲਈ ਸਰਬੱਤ ਦੇ ਭਲੇ ਦੇ ਲਈ ਅਰਦਾਸ ਕਰਦੇ ਹਾਂ ਤੇ ਜੇ ਅਰਦਾਸ ਕਰਕੇ ਹੀ ਅਸੀਂ ਇਹ ਕੰਮ ਕਰਾਉਣੇ ਆ ਤਾਂ ਫਿਰ ਅਰਦਾਸ ਕਰਕੇ ਹੀ ਕਰਾ ਲੈਂਦੇ ਫਿਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਚੋਣਨ ਦੀ ਕੀ ਲੋੜ ਸੀ ਅਰਦਾਸ ਕਰਕੇ ਹੀ ਨਸ਼ੇ ਖਤਮ ਕਰਾਉਣੇ ਨਹੀਂ ਅਰਦਾਸ ਤਾਂ ਫਿਰ ਅਸੀਂ ਘਰਾਂ 'ਚ ਕਰਦੇ ਹੀ ਸਾਰੇ ਪੰਜਾਬੀ ਕਰਦੇ ਆ ਅਰਦਾਸ ਤਾਂ ਇਹ ਡੇਲੀ ਅਸੀਂ ਅਰਦਾਸ ਕਰਦੇ ਹੂੰ ਜੰਗੀ ਗੱਲ ਅਰਦਾਸ ਕਰਨੀ ਬਹੁਤ ਬਹੁਤ ਜੰਗੀ ਗੱਲ ਹੈ ਪਰ ਐਕਸ਼ਨ ਜਿਹੜੀ ਸਰਕਾਰ ਦੀ ਡਿਊਟੀ ਹੈ ਉਹ ਡਿਊਟੀ ਜ਼ਰੂਰ ਕਰੇ ਇਹਨਾਂ ਨੇ ਉਹ ਡਿਊਟੀ ਨਹੀਂ ਕੀਤੀ ਲੋਕ ਮਰ ਰਹੇ ਆ ਲੋਕ ਮਰੀ ਜਾਂਦੇ ਇਹਨਾਂ ਦੇ ਟਾਈਮ 'ਚ ਹਜ਼ਾਰਾਂ ਲੋਕ ਮਰ ਚੁੱਕੇ ਆ ਜਿੰਨਾ ਕਿ ਇਹਨਾਂ ਨੇ ਨਸ਼ਾ ਫੜਿਆ ਹੈ ਜਨਾਗ ਨਸ਼ਾ ਫੜਿਆ 12 1300 ਕਿਲੋ ਜਾਂ 14 ਕਿਲੋ ਜਨਾਗ ਨਸ਼ਾ ਫੜਿਆ ਇਸ ਤੋਂ ਕਈ ਗੁਣਾ ਨਸ਼ਾ ਕੰਜ਼ੂਮ ਹੋ ਚੁੱਕਾ ਹੈ ਟਰਾਂਸਫਰ ਹੋ ਚੁੱਕਾ ਹੈ ਟਰਾਂਸਪੋਰਟ ਹੋ ਚੁੱਕਾ ਬਾਹਰ ਚਲਾ ਗਿਆ ਜਾਂ ਬਾਰੋਂ ਅੰਦਰ ਆ ਚੁੱਕਾ ਹੈ ਜਿਹੜਾ ਸਰਕਾਰ ਨੂੰ ਕੋਈ ਪਤਾ ਨਹੀਂ ਸੋ ਇਹਨਾਂ ਦੀ ਦੋ ਤਿੰਨ ਫਰੰਟ ਦੇ ਉੱਪਰ ਜਿਹੜੇ ਆ ਜਿਹੜੇ ਦੋ ਤਿੰਨ ਫਰੰਟ ਹੈ ਨਸ਼ੇ ਦਾ ਹੋ ਗਿਆ ਇਲੈਗਲ ਮਾਈਨਿੰਗ ਦਾ ਹੋ ਗਿਆ ਇਹ ਫਰੰਟ ਦੇ ਉੱਪਰ ਟੋਟਲ ਟੋਟਲ ਫੇਲ ਹੋ ਰਿਹਾ ਫੇਲ ਹੋ ਰਿਹਾ ਬਿਲਕੁਲ ਜਿਵੇਂ ਮਾਈਨਿੰਗ ਜਿਵੇਂ ਡਰੱਗ ਦੇ ਮਸਲੇ ਦੇ ਉੱਪਰ ਭਗਵੰਤ ਮਾਨ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਭਗਵੰਤ ਮਾਨ ਡਰੱਗ ਦੇ ਮਸਲੇ ਦੇ ਵਾਂਗ ਮਾਈਨਿੰਗ ਤੇ ਵੀ ਘੇਰ ਦੇ ਹੁੰਦੇ ਸੀਗੇ ਕਾਲੀਆਂ ਨੂੰ ਕਾਂਗਰਸੀਆਂ ਨੂੰ ਤੇ ਹੁਣ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਸਰ ਮਾਈਨਿੰਗ ਰੁਕ ਨਹੀਂ ਰਹੀ ਔਰ ਜਿਵੇਂ ਤੁਸੀਂ ਦੱਸਿਆ ਕਿ ਬੜੀ ਸ਼ੇਮਫੁਲ ਵਾਲੀ ਗੱਲ ਆ ਬੜੀ ਸ਼ਰਮ ਵਾਲੀ ਗੱਲ ਹੈ ਜਿਹੜੀ ਜ਼ਮੀਨ ਤੁਸੀਂ ਡਰੱਗ ਮਸਲੇ ਦੇ ਵਿੱਚ ਭੂਲੇ ਦੀ ਜ਼ਬਤ ਕੀਤੀ ਉਹ ਉੱਥੇ ਵੀ ਮਾਈਨਿੰਗ ਜਿਹੜੀ ਹੋ ਰਹੀ ਹੁਣ ਇਹ ਕੀ ਸਮਝੀਏ ਅਸੀਂ ਇਹ ਕੀ ਸਮਝੀਏ ਕਿ ਇਹ ਵੀ ਹੁਣ ਸਰਕਾਰ ਆਪ ਨਾਲ ਦੇਖੋ ਜੀ ਮੇਰੇ ਕੋਲ ਸਭ ਤੋਂ ਜ਼ਿਆਦਾ ਤਾਕਤ ਵਰਡ ਸ਼ੈਮਫੁਲ ਹੈ ਇਸ ਤੋਂ ਜ਼ਿਆਦਾ ਮੈਂ ਕੁਝ ਨਹੀਂ ਕਹਿ ਸਕਦਾ ਇਹ ਸ਼ਰਮ ਦੀ ਗੱਲ ਹੈ ਸ਼ਰਮਿੰਦਗੀ ਹੈ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਬੜੀ ਅਨਫੋਰਚੂਨੇਟ ਹੈ ਕਿ ਸਾਡੀ ਜਿਹੜੀ ਹਕੂਮਤ ਹੈ ਉਹਦੇ ਉੱਪਰ ਇੰਨਾ ਚੀਜ਼ਾਂ ਦਾ ਕੋਈ ਅਸਰ ਨਹੀਂ ਇੱਕ ਗੱਲ ਬੜੀ ਕਲੀਅਰ ਹੈ ਜੇ ਸਰਕਾਰ XYZ ਕੋਈ ਹੈਡ ਕਰਦਾ ਸਰਕਾਰ ਨੂੰ ਉਸ ਦੀ ਜ਼ਿੰਮੇਵਾਰੀ ਉਸ XYZ ਦੀ ਹੈ ਸਰਕਾਰ ਦੀ ਹਾਂ 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 ਨਾ ਸਿਰਫ ਜਿਹੜਾ ਕ੍ਰਾਈਮ ਹੁਣ ਹੋ ਰਿਹਾ ਉਹਨੂੰ ਰੋਕਣਾ ਤੇ ਜਿਹੜੇ ਅਪਰਾਧੀ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕਰਨਾ ਨਾ ਸਿਰਫ ਹੈ ਬਲਕਿ ਜਿਹੜਾ 5 ਸਾਲ ਪਹਿਲਾਂ ਕ੍ਰਾਈਮ ਹੋਇਆ ਉਹਨਾਂ ਲੋਕਾਂ ਨੂੰ ਵੀ ਫੜ ਕੇ ਅੰਦਰ ਕਰਨਾ ਇਹ ਵੀ ਅਸੀਂ ਸਰਕਾਰ ਦੀ ਜ਼ਿੰਮੇਵਾਰੀ ਹੈ ਜਿਹੜੇ ਡਰਗ ਦੇ ਵਿੱਚ ਸ਼ਾਮਿਲ ਸੀਗੇ ਜਾਂ ਇਲੈਗਲ ਮਾਰਕਿੰਗ ਦੇ ਵਿੱਚ ਸ਼ਾਮਿਲ ਸੀਗੇ ਕਾਂਗਰਸ ਸਰਕਾਰ ਦੇ ਟਾਈਮ ਇਹ ਆਪ ਇਲਜ਼ਾਮ ਲਾਉਂਦੇ ਹੁੰਦੇ ਸੀ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਸਿਗੇ ਸ਼ਾਮਲ ਸੀਗੇ ਕਾਂਗਰਸ ਦੇ ਐਮ ਐਲ ਏ ਮੰਤਰੀ ਮਾਈਨਿੰਗ ਦੇ ਵਿੱਚ ਮਾਈਨਿੰਗ ਦੇ ਵਿੱਚ ਕਾਂਗਰਸ ਦੇ ਲੋਕਾਂ ਨੇ ਐਡਮਿਟ ਕੀਤਾ ਆਪੀ ਕਿ ਤੀ ਐਮ ਐਲ ਏ ਸ਼ਾਮਲ ਸੀਗੇ ਇਲੀ ਮਾਈਨਿੰਗ ਦੇ ਵਿੱਚ 30 ਐਮ ਐਲ ਏ ਕਾਂਗਰਸ ਦੇ ਉਸ ਟਾਈਮ ਕਿਹੜੇ ਕਿਹੜੇ ਬਹੁਤ ਨਾਮ ਨੇ ਹੋਏ ਕਿ ਕਿ ਬੰਦੇ ਦਾ ਨਾਮ ਦੱਸਣਾ ਔਖਾ ਹੋਏਗਾ ਪਰ ਰਿਕਾਰਡ ਦੇ ਉੱਪਰ ਹੈਗਾ ਇਸ ਸਰਕਾਰ ਨੂੰ ਹੀ ਪਤਾ ਅੱਛਾ ਇਸ ਸਰਕਾਰ ਨੂੰ ਪਤਾ ਜਿਸ ਨੇ ਨਾ ਇੱਕ ਵੀ ਐਮ ਐਲ ਏ ਤੇ ਕਾਰਵਾਈ ਨਹੀਂ ਨਹੀਂ ਜੇ ਸਰਕਾਰ ਚਾਹੁੰਦੀ ਹੈ ਮੈਂ ਦੱਸਾਂਗਾ ਸਰਕਾਰ ਨੂੰ ਫਿਰ ਆਵੇ ਸਰਕਾਰ ਮੈਂ ਦੱਸਦਾ ਵੀ ਆਹ ਬੰਦੇ ਸ਼ਾਮਲ ਸੀਗੇ ਹੂੰ ਇੱਕ ਐਮ ਐਲ ਏ ਦੀ 1.5 ਲੱਖ ਲੱਖ ਰੁਪਏ ਤਨਖਾਹ ਹੋਣੀ ਹੂੰ ਤੇ ਕਿ ਕਹਿੰਦੇ ਲਈ ਕਈ ਕਈ ਕਰੋੜ ਰੁਪਏ ਦੀ ਕੋਠੀ ਲੱਗੇ ਬੈਠਾ ਦੋ ਤਿੰਨ ਜਗ੍ਹਾ ਤੱਕ ਹੂੰ ਅੱਛਾ ਤੇ ਤੁਸੀਂ ਇਹ ਸਰਕਾਰ ਦੇ ਕੋਲ ਸਾਰੀ ਸਾਰੀ ਏਜੰਸੀਜ਼ ਹੈਗੀਆਂ ਚਾਹੇ ਪ੍ਰੈਜ਼ੈਂਟ ਐਮਐਲਏ ਹੋਣ ਚਾਹੇ ਪੁਰਾਣੀ ਐਮਐਲਏ ਹੋਣ ਜੇ ਕਿਸੇ ਤੇ ਕਾਰਵਾਈ ਕੀਤੀ ਉਹ ਦੋ ਮਹੀਨਿਆਂ ਚ ਬਾਹਰ ਆ ਗਿਆ ਨਹੀਂ ਕਾਰਵਾਈ ਹੋ ਇੱਕ ਦੋ ਚਾਰ ਬੰਦਿਆਂ ਨਾਲ ਦੇ ਖਿਲਾਫ ਨਾਲੇ ਸੇ ਨਕਸ਼ੇ ਦੇ ਖਿਲਾਫ ਨਕਸ਼ੇ ਦੇ سپورਟ ਤੇ ਅਸੀਂ ਮੈਂ ਕਹਿੰਦਾ ਜਿਸ ਬੰਦੇ ਨੇ ਕ੍ਰਾਈਮ ਕੀਤਾ ਹੈ ਚਾਹੇ ਕੋਈ ਵੀ ਹੈ ਚਾਹੇ ਉਹ ਐਕਸਰਾਈਜ਼ਡ ਹੈ ਪਰ ਤੁਸੀਂ ਜਿਹੜੀ ਇਹ ਗੱਲ ਕਹਿ ਰਹੇ ਹੋ ਕਿ 30 ਐਮਐਲਏ ਕਾਂਗਰਸ ਦੇ ਨਜਾਇਜ਼ ਮਾਈਨਿੰਗ ਦੇ ਵਿੱਚ ਇਨਵੋਲਵ ਸੀ ਬਹੁਤ ਵੱਡੀ ਇਹ ਸਟੇਟਮੈਂਟ ਹੈ ਇਹ ਫੈਕਟ ਹੈ ਜੇ ਸਰਕਾਰ ਨੂੰ ਚਾਹੀਦਾ ਹੈ ਮੈਂ ਸਰਕਾਰ ਨੂੰ ਨਾ ਦੱਸ ਸਕਦਾ ਸਰਕਾਰ ਦੇ ਕੋਲ ਆਪਣੇ ਕੋਲ ਨਾ ਪਏ ਪਿਛਲੀ ਸਰਕਾਰ ਦਾ ਮੁਖੀ ਆ ਵੀ ਇਹ ਕਹਿ ਚੁੱਕਿਆ ਕਿ ਮੇਰੀ ਸਰਕਾਰ ਦੇ ਵਿੱਚ 30 ਐਮਐਲਏ ਸ਼ਾਮਲ ਸੀ ਕਾਂਗਰਸ ਦੇ ਜਿਹੜੇ ਇਲੈਗਲ ਮਾਈਨਿੰਗ ਕਰਦੇ ਸੀ ਪਰ ਐਕਸ਼ਨ ਨਹੀਂ ਮਿਲਿਆ ਉਹਨਾਂ ਦੇ ਵਿੱਚੋਂ ਕੁਝ ਮੌਜੂਦਾ ਵੀ ਐਮਐਲਏ ਕਾਂਗਰਸ ਹੋ ਸਕਦਾ ਉਹਨਾਂ ਦੇ ਵਿੱਚ ਮੌਜੂਦਾ ਵੀ ਹੈਗੇ ਕਾਂਗਰਸ अच्छा यस ਹੁਣ ਮੌਜੂਦਾ ਜਿਹੜੇ 18 ਕ ਹੈਗੇ ਆ ਉਹਨਾਂ ਦੇ ਵਿੱਚ ਵੀ ਉਹ 30 ਦੇ ਵਿੱਚ ਦੇਖਣਾ ਪੈਣਾ 30 ਚ ਕਿਹੜੇ ਕਿਹੜੇ ਬੰਦੇ ਹੈਗੇ ਜੋ ਹੈਗੇ ਤਾਂ ਐਕਸ਼ਨ ਇਹ ਸਰਕਾਰ ਤਾਂ ਪੁਰਾਣਿਆਂ ਦੇ ਖਿਲਾਫ ਵੀ ਐਕਸ਼ਨ ਲਵੇ ਨਾ 30 ਭਾਈ ਕਾਨੂੰਨ ਤਾਂ ਟੁੱਟਿਆ ਹੈ ਤਾਂ ਉਹਨਾਂ ਦੇ ਖਿਲਾਫ ਐਕਸ਼ਨ ਲਓ ਬਿਲਕੁਲ ਜਿਹੜੇ ਪ੍ਰੈਜ਼ెంట్ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਓ ਐਕਸ਼ਨ ਲਓ ਤੁਸੀਂ ਉਹਨਾਂ ਦੇ ਨਾਲ ਕੰਪਰੋਮਾਈਜ਼ ਕਰ ਲੈਣੇ ਮੁਹਾਦਾ ਨੈਸ਼ਨਲ ਲੈਵਲ ਦੇ ਉੱਪਰ ਕਿਹੜੇ ਕਿਹੜੇ ਮੁਹਾਦਾ ਕਰ ਲੈਣੇ ਹੋ ਇਹਦਾ ਮਤਲਬ ਤੁਸੀਂ ਉਹਨਾਂ ਦਾ ਕ੍ਰਾਈਮ ਖਤਮ ਕਰਤਾ ਯੂ ਆਰ سپورਟਿੰਗ them ਹੁਣ ਵੀ ਤੁਸੀਂ ਦੇਖ ਲਓ ਕਿ ਨਾ ਕਿਤੇ ਐਨਓਸੀ ਹੈ ਨਾ ਕਿਤੇ ਜਿਹੜਾ এনवायरमेंट ਸਰਟੀਫਿਕੇਟ ਹੈ ਤੇ ਫਿਰ ਵੀ ਧਰਲੇ ਦੇ ਨਾਲ ਮਾਈਨਿੰਗਾਂ ਜਿਹੜੀਆਂ ਚੱਲ ਰਹੀਆਂ ਗੁੰਡਾਗਰਦੀ ਮਾਈਨਿੰਗ ਵਾਲਿਆਂ ਦੀ ਇਸ ਕਦਰ ਵੱਧ ਗਈ ਹੈ ਕਿ ਜੇ ਕੋਈ ਉਥੇ ਖਬਰ ਕਰਨ ਜਾਂਦਾ ਜਾਂ ਫੁਟੇਜ ਵੀਡੀਓ ਬਣਾਉਣ ਜਾਂਦਾ ਤਾਂ ਉਹਨੂੰ ਫੜ ਕੇ ਉਥੇ ਕੁੱਟਦੇ ਆ ਉਥੇ ਬਿਨਾ ਅਸਲੇ ਦੇ ਜਾਣਾ ਕੋਈ ਸੇਫ ਨਹੀਂ ਇਸ ਤਰੀਕੇ ਨਾਲ ਮਾਈਨਿੰਗ ਮਾਫੀਆ ਜਿਹੜਾ ਫੈਲ ਚੁੱਕਿਆ ਬਿਲਕੁਲ 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 ਇਹ ਮਾਈਨਿੰਗ ਮਾਫੀਆ ਹੁਣ ਦਾ ਨਹੀਂ ਹੈਗਾ ਇਹ ਮਾਰਨਿੰਗ ਮਾਫੀਆ ਬਹੁਤ ਪੁਰਾਣਾ ਹੈ ਉਹ ਬੰਦੇ ਉਹੀ ਸ਼ਾਮਿਲ ਨੇ ਜਿਹੜੇ ਅਕਾਲੀਆਂ ਦੇ ਟਾਈਮ ਸੀਗੇ ਉਹ ਬੰਦੇ ਕਾਂਗਰਸ ਦੇ ਟਾਈਮ ਵੀ ਰਹੇ ਉਹ ਬੰਦੇ ਇਸ ਟਾਈਮ ਵੀ ਉਹ ਬੰਦੇ ਸ਼ਾਮਿਲ ਨੇ ਬੰਦੇ ਉਹੀ ਮੋਰਰਲਸ ਉਹੀ ਆ ਥੋੜਾ ਬਹੁਤ ਬੰਦੇ ਉਹੀ ਹੈ ਪਰ ਉਹ ਬੰਦਿਆਂ ਨੇ ਜਿਨ੍ਹਾਂ ਨੂੰ ਮਾਲ ਪਚਾਉਣਾ ਵਾ ਉਹ ਬੰਦੇ ਅੱਗੇ ਬਦਲ ਗਏ ਇਹੀ ਗੱਲ ਸੋ ਇਹ ਬੇਸ਼ਰਮੀਆ ਪੰਜਾਬ ਦਾ ਇਹ ਮਿਸਫੋਰਚਨ ਹੈ ਸਾਡੀ ਬਦਕਿਸਮਤੀ ਹੈ ਪੰਜਾਬੀਆਂ ਦੀ ਕਿ ਸਾਨੂੰ ਤੁਸੀਂ ਬਦਰਾ ਵੀ ਕਰਕੇ ਦੇਖ ਲਿਆ ਅਕਾਲੀ ਪੰਥਕ ਆਏ ਸੀ ਉਹਨਾਂ ਨੇ ਕੀ ਕੀ ਕੀਤਾ ਸਾਰਿਆਂ ਦੇ ਸਾਹਮਣੇ ਕਾਂਗਰਸ ਵਾਲੇ ਕਹਿੰਦੇ ਸੀ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਪੰਜ ਸਾਲ ਆਪ ਜੁੱਤੀਆਂ ਖਾ ਕੇ ਗਏ ਬਿਲਕੁਲ ਐਸ ਪਰ ਲਾ ਪਿਛਲੀ ਸਰਕਾਰ ਦੇ ਖਿਲਾਫ ਪਿਛਲੇ ਸਰਕਾਰ ਦੇ ਬੰਦੇ ਜਿਹੜੇ ਇਨਵੋਲਡ ਸੀਗੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਐਮ ਐਲ ਏਜ਼ ਹੋਣ ਚਾਹੇ ਉਸ ਟਾਈਮ ਦੇ ਮਿਨਿਸਟਰਜ਼ ਹੋਣ ਇੰਨੀ ਬੇਸ਼ਰਮੀ ਸਹੀ ਕਾਂਗਰਸ ਦੇ ਟਾਈਮ ਦੇ ਵਿੱਚ ਉਹਨਾਂ ਨੇ ਈਡੀ ਨੋ ਇਨਫੋਰਮੇਸ਼ਨ ਦੇਣਾ ਮਨਾ ਕਰਤਾ ਈਡੀ ਨੋ ਇਨਫੋਰਮੇਸ਼ਨ ਨਹੀਂ ਦੇਵਾਂਗੇ ਅੱਛਾ ਯੈਸ ਇਹ ਗੱਲਾਂ ਮਤਾਂ ਹੋਈਆਂ ਇਹ ਉਸ ਟਾਈਮ ਦਾ ਸਰਕਾਰ कैंडीसी की ईडी को इंफॉर्मेशन नहीं देनी हम एक केस ਦੇ ਵਿੱਚ ਮੈਂ ਲੈਟਰ ਲਿਖੇ ਪੰਜਾਬ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਪੁਰਾਣੀ ਇਸ ਪਿਛਲੀ ਸਰਕਾਰ ਨੂੰ ਇੱਕ ਡੀਡਿਕਸ਼ਨ ਗੋਲੀ ਆਉਂਦੀ ਹੈ ਬੂਫਰੇ ਨੋਰਫਿਨ اچھا ਉਹ ਕੇਸ ਅਸੀਂ ਕਰ ਰਹੇ ਸੀ ਪੰਜਾਬ ਸਰਕਾਰ ਤੋਂ ਇਨਫੋਰਮੇਸ਼ਨ ਮੰਗੀ ਉਹਨਾਂ ਨੇ ਪੰਜਾਬ ਸਰਕਾਰ ਨੇ ਇਨਫੋਰਮੇਸ਼ਨ ਨਹੀਂ ਦਿੱਤੀ ਰਿਫਿਊਜ਼ਡ اچھا ਇਹ ਗੱਲ ਕਰਤੀ ਯੈਸ ਦੇਣੀ ਨਹੀਂ ईडी ਕੋ ਕੋਈ ਇਨਫੋਰਮੇਸ਼ਨ ਨਹੀਂ ਦੇਣੀ ਇਹਦਾ ਮਤਲਬ ਚੋਰ ਸੀ ਚੋਰ ਨਹੀਂ ਸੀ ਇਹ ਲੋਕ ਕ੍ਰਿਮੀਨਲਸ ਨਹੀਂ ਹੂੰ ਕ੍ਰਿਮੀਨਲਸ ਨਹੀਂ ਹੂੰ ਕ腐ਸ਼ਨ ਹੀ ਨਾ ਕੀਤਾ ਉਸ ਟਾਈਮ ਕਮ ਸੇ ਕਮ ਵੀ 400 ਕਰੋੜ ਦਾ ਸਕੈਮ ਸੀ ਉਹ ਡੀਡਿਕਸ਼ਨ ਸੈਂਟਰ ਦੇ ਵਿੱਚ ਜਿਹੜੀ ਗੋਲੀ ਸਪਲਾਈ ਹੁੰਦੀ ਸੀ ਉਹ ਤਕਰੀਬਨ 400 ਕਰੋੜ ਦਾ ਸਕੈਮ ਸੀ ਅੱਛਾ ਕਾਂਗਰਸ ਸਰਕਾਰ ਦੇ ਟਾਈਮ ਹੋਇਆ ਉਹ ਨਾ ਉਸ ਸਰਕਾਰ ਨੇ ਐਕਸ਼ਨ ਲਿਆ ਨਾ ਇਸ ਸਰਕਾਰ ਨੇ ਐਕਸ਼ਨ ਲਿਆ ਹੂੰ ਇਹਦਾ ਮਤਲਬ ਸਾਰੇ ਬੰਦੇ ਮਿਲੇ ਹੋਏ ਨੇ ਹੂੰ ਇਹੀ ਕਹਿ ਸਕਦੇ ਆ ਫਿਰ ਨਾ ਡਰਾਗਜਮਾ ਕਾਰਵਾਈ ਕਰਦੇ ਹਾਂ ਨਾ ਤੁਸੀਂ ਮਾਈਨਿੰਗ 'ਚ ਕਾਰਵਾਈ ਕਰਦੇ ਹੋ ਨਾ ਤੁਸੀਂ ਕਪੜਿਆਂ 'ਚ ਕਾਰਵਾਈ ਕਰਦੇ ਹੋ ਤਾਂ ਮਤਲਬ ਮਿਲੇ ਹੋਏ ਹੋ ਯੈਸ ਤੇ ਫਿਰ ਲੋਕ ਹੁਣ ਹੁਣ ਇਹ ਹੱਲ ਕੀ ਨੇ ਕੋਲ ਸਰ ਮਸਲੇ ਦਾ ਹੱਲ ਕੀ ਹੈ ਕਿਉਂਕਿ ਸਰਕਾਰਾਂ ਚੁਣ-ਚੁਣ ਦੇਖ ਲਈਆਂ ਬੰਦੇ ਬਦਲੀ ਜਾਂਦੇ ਆ ਕੰਮ ਹਰਕਤਾਂ ਉਹੀ ਨੇ ਤੇ ਫਿਰ ਹੁਣ ਲੋਕ ਬਚਣ ਕਿਵੇਂ ਲੋਕਾਂ ਨੂੰ ਆਪ ਜਾਗਰੂਕ ਹੋਣਾ ਪੈਣਾ ਲੋਕਾਂ ਨੂੰ ਆਪਣੀ ਸਰਕਾਰ ਬਣਾਣੀ ਪੈਣੀ ਆ ਆਪਣੀ ਸਰਕਾਰ ਕਿਵੇਂ ਆਪਣੀ ਸਰਕਾਰ ਬਣਾਣੀ ਪੈਣੀ ਆ ਕਿ ਮੇ ਆਪ ਸਰਕਾਰ ਇਹ ਇਨਕੰਪੀਟੈਂਟ ਸਰਕਾਰ ਪਰ ਇਹ ਵੀ ਤਾਂ ਲੋਕਾਂ ਨੇ ਆਪਣੀ ਉਹ ਸਰਕਾਰ ਸਮਝ ਕੇ ਚੁਣੀ ਸੀ ਨਹੀਂ ਸੁਣੀ ਬਿਲਕੁਲ ਚੁਣੀ ਸੀ ਬਿਲਕੁਲ ਚੁਣੀ ਸੀ ਪਰ ਉਹ ਜਿਹੜਾ ਸਮਝ ਕੇ ਇਹਨਾਂ ਨੇ 익ਸਪੈਕਟ ਕੀਤਾ ਸੋ ਕੰਮ ਹੋਇਆ ਨਹੀਂ ਜਿਹੜੇ ਆਪ ਕਹਿੰਦੇ ਅਸੀਂ ਅਸੀਂ ਇਹ ਕਰ ਦੇਾਂਗੇ 2 ਮਹੀਨਿਆਂ ਚ ਮਹੀਨੇ ਚ ਖਤਮ ਕਰ ਦੇਾਂਗੇ ਹੋ ਗਿਆ ਨਹੀਂ ਹੋਇਆ ਨਹੀਂ ਹੋਇਆ ਅਰਦਾਸ ਕਰਕੇ ਗੱਲ ਨਵੇੜਤੀ ਫਿਰ 26 ਜਨਵਰੀ ਅਗਲੀ ਤੱਕ ਖਤਮ ਕਰ ਦੇਾਂਗੇ ਫਿਰ ਜੀ ਅਗਲੀ 15 ਅਗਸਤ ਤੱਕ ਖਤਮ ਕਰ ਦੇਗਾ ਤੁਸੀਂ 6 ਮਹੀਨੇ ਦੇ ਦਿਓ ਤੁਸੀਂ ਸਾਲ ਦੇ ਦਿਓ ਇਹੋ ਜਿਹੀਆਂ ਗੱਲਾਂ ਪਤਾ ਚੱਲੀ ਜਾ ਰਹੀਆਂ ਨੇ ਤੁਹਾਡੀ ਨਲਕੀ ਦੀ ਵਜ੍ਹਾ ਨਾਲ ਪੰਜਾਬ ਦਾ ਇੱਕ ਵੀ ਬੱਚਾ ਕਿਉਂ ਮਰੇ ਹੂੰ ਬਿਲਕੁਲ ਠੀਕ ਜੇ ਅਸੀਂ ਪੰਜਾਬ ਵਿੱਚ ਤੁਹਾਨੂੰ ਕਿਹੜਾ ਬੱਚਾ ਕਿਉਂ ਮਰੇ ਹੂੰ ਇਹ ਨਲਕੀ ਹੈ ਚਾਹੇ ਇਹ ਬੰਦੇ ਸ਼ਾਮਿਲ ਨੇ ਚਾਹੇ ਨਲਕੀ ਹੈ ਹੂੰ ਪਰ ਇਹ ਬਦਕਿਸਮਤੀ ਹੈ ਪੰਜਾਬੀਆਂ ਦੀ ਕਿ ਸਾਨੂੰ ਹਲੇ ਕੋਈ ਰਾਹਤ ਨਹੀਂ ਮਿਲੀ ਜੇ ਨੌਜਵਾਨ ਪੰਜਾਬ ਦੇ ਚਿੱਟੇ ਦੇ ਨਾਲ ਨਸ਼ੇ ਦੇ ਨਾਲ ਮਰ ਰਹੇ ਆ ਤੇ ਇਹリモ ਮੰਤਰੀ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਇਹਦੀ ਸਰਕਾਰ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਇਹਦੀ ਜ਼ਿੰਮੇਵਾਰੀ ਡੀਜੀਪੀ ਦੀ ਹੋਣੀ ਚਾਹੀਦੀ ਆ ਜਿਹੜੇ ਇਸ ਵੱਡੀਆਂ ਵੱਡੀਆਂ ਕੁਰਸੀਆਂ ਤੇ ਬੈਠੇ ਆ ਕਰੋੜਾ ਰੁਪਏ ਦੀ ਸਹੂਲਤ ਮਾਣ ਰਹੇ ਆ ਲੱਖਾਂ ਰੁਪਏ ਤਨਖਾਹ ਲੈ ਰਹੇ ਆ ਐਡਾ ਕੁਝ ਤਾਂ ਸ਼ਾਮ-ਤਾਮ ਜਿਹੜਾ ਸਾਰਾ ਕੁਝ ਦੇਖ ਰਿਹਾ ਤਾਂ ਆਮਚਾਮ ਤਾਂ ਫਿਰ ਇਹ ਇਹ ਬੈਠੇ ਕਿਸ ਲਈ ਆ ਇਹਨਾਂ ਦੀ ਜ਼ਿੰਮੇਵਾਰੀ ਫਿਰ ਬਣਦੀ ਹੈ ਇੱਕ ਬੰਦੇ ਦੀ ਜ਼ਿੰਮੇਵਾਰੀ ਬਣਦੀ ਹੈ ਓਨਲੀ ਵਨ ਪਰਸਨ ਦੈਟ ਇਜ਼ ਜੀ ਮੁਨਿਸਟਰ ਆਫ ਦਿਸ ਸਟੇਟ ਅੱਛਾ ਬਸ ਓਨਲੀ ਵਨ ਪਰਸਨ ਉਹਨਾਂ ਨੂੰ ਫਿਰ ਅਸਤੀਫਾ ਦੇਣਾ ਚਾਹੀਦਾ ਜੇ ਨਹੀਂ ਸਮਝਦਾ ਤਾਂ ਬੋਲ ਨਹੀਂ ਸਕਦਾ ਪਰ ਜ਼ਿੰਮੇਵਾਰੀ ਇੱਕ ਬੰਦੇ ਦੀ ਹੈ बिकॉज ਹੀ ਇਜ਼ ਹੈਡਿੰਗ தி ਸਟੇਟ ਬਾਕੀ ਸਾਰੇ ਜਿਹਨੇ ਅਥਾਰਟੀ ਉਹਦੇ ਅੰਡਰ ਸਟੇਟ ਦੀ ਜੇ ਫਿਰ ਵੀ ਕ੍ਰਾਈਮ ਹੋ ਰਿਹਾ ਹੈ ਦੈਨ ਅਨਫੋਰਚੂਨੇਟਰ ਦੈਨ ਬਹੁਤ ਸ਼ਰਮ ਦੀ ਗੱਲ ਹੈ यस ਮਤਲਬ ਸ਼ਰਮ ਦੀ ਤਾਂ ਗੱਲ ਤੁਸੀਂ ਇਸ ਤਰੀਕੇ ਨਾਲ ਦੇਖ ਲਓ ਸਰ ਦੋ ਮੰਤਰੀਆਂ ਦੀ ਅਸ਼ਲੀਲ ਵੀਡੀਓ ਆ ਜਾਂਦੀਆਂ ਇੱਕ ਕਟਾਰ ਚੱਕ ਦੀ ਪਹਿਲਾਂ ਆ ਗਈ ਫਿਰ ਆ ਹੁਣ ਕੁਝ ਦਿਨ ਪਹਿਲਾਂ ਬਲਕਾਰ ਸਿੰਘ ਦੀ ਆ ਗਈ ਮਤਲਬ ਹੈਰਾਨੀ ਦੀ ਗੱਲ ਹੈ ਉਹ ਸ਼ਰਿਆਮ ਕੈਬਨਟ ਦਾ ਹਿੱਸਾ ਨਹੀਂ ਨਹੀਂ ਇਹ ਇਹ ਚੀਜ਼ਾਂ ਇਹਨਾਂ ਦੇ ਉੱਪਰ ਕੋਈ ਕਮੈਂਟ ਨਹੀਂ ਬਣਦਾ ਬਿਕਾਜ਼ ਇਹ ਜਿਹੜੀ ਹੈਗੀਆਂ ਇਹ ਇੱਕ ਮੋਰੈਲਟੀ ਦਾ ਇੱਕ ਸਬਜੈਕਟ ਵੀ ਹੈ ਕਿ ਐਥਿਕਸ ਦਾ ਸਬਜੈਕਟ ਵੀ ਹੈ ਜਿਹੜਾ ਬੰਦਾ ਮੋਰੈਲਟੀ ਨੂੰ ਧਿਆਨ ਚ ਨਹੀਂ ਰੱਖਦਾ ਪਬਲਿਕ ਉਹ ਦੇਖ ਸਰ ਮੈਂ ਇੱਕ ਹੋਰ ਅਹਿਮ ਬਹੁਤ ਸਵਾਲ ਕਰਨ ਵਾਲਾ ਸੀ ਜਿਵੇਂ ਤੁਸੀਂ ਕਿਹਾ ਕਿ ਜਿਵੇਂ ਆਪਾਂ ਹੁਣ ਗੱਲ ਕਰ ਰਹੇ ਹਾਂ ਕਿ ਭਗਵੰਤ ਮਾਨ ਜਿਹੜੇ ਆ ਉਹ ਡਰੱਗ ਦੇ ਮਸਲੇ ਤੇ ਮਾਈਨਿੰਗ ਦੇ ਮਸਲੇ ਤੇ ਅਕਾਲੀਆਂ ਨੂੰ ਵੀ ਘੇਰਦੇ ਰਹੇ ਆ ਕਾਂਗਰਸੇ ਨੂੰ ਵੀ ਘੇਰਦੇ ਰਹੇ ਆ ਤੇ ਹੁਣ ਉਹਨਾਂ ਦੀ ਸਰਕਾਰ ਦੇ ਵਿੱਚ ਵੀ ਉਹੀ ਕੁਝ ਚੱਲ ਪਿਆ ਤੇ ਇਹ ਪਿਛਲਿਆਂ ਤੇ ਜਿਨ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਉਹਨਾਂ ਤੇ ਕਾਰਵਾਈ ਵੀ ਕੋਈ ਨਹੀਂ ਹੋਈ ਤਾਂ ਇਹ ਕਿਤੇ ਮਿਲੀ ਭੁਗਤਤਾ ਨਹੀਂ ਚੱਲ ਰਹੀ ਕਿਉਂਕਿ ਤੁਸੀਂ ਦੇਖ ਲਓ ਵਿਰੋਧੀ ਧਿਰ ਦੀ ਭੂਮਿਕਾ ਵੀ ਕਾਂਗਰਸ ਸੰਗੇ ਤਰੀਕੇ ਦੇ ਨਾਲ ਨਹੀਂ ਨਿਭਾਰੀ ਔਰ ਕੋਈ ਮਸਲਾ ਹੋਵੇ ਉਹ ਬੋਲਦੇ ਨਹੀਂ ਸਰਕਾਰ ਦੇ ਖਿਲਾਫ ਕਿਤੇ ਇਹੀ ਤਾਂ ਨਹੀਂ ਇੱਕ ਦੂਜੇ ਨੂੰ ਬਚਾਈ-ਬਚੂਈ ਜਾਂਦੇ ਆ ਇਹ ਮਿਲੀਭੁਗਤੀ ਚੱਲ ਰਹੀ ਹੋਵੇ ਦੇਖੋ ਜੀ ਮੈਂ ਪਹਿਲਾਂ ਕਹਿ ਚੁੱਕਾ ਹਾਂ ਕਿ ਜਿੰਨੇ ਕ੍ਰਾਈਮ ਇਸ ਸਰਕਾਰ ਤੋਂ ਪਹਿਲਾਂ ਹੋਏ ਨੇ ਉਹਨਾਂ ਕ੍ਰਾਈਮ ਜ਼ੋਨ ਇਨਵੈਸਟੀਗੇਟ ਕਰਨਾ ਜਿਹੜੇ ਕ੍ਰਿਮੀਨਲ ਜਾਨਵਾਰਾਂ ਨੂੰ ਫੜਨਾ ਤੇ ਜਸਟਿਸ ਕਰਾਣਾ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਹੈ ਜਾਹੇ ਉਹ ਬੰਦੇ ਕ腐ਸ਼ਨ ਦੇ ਵਿੱਚ ਸ਼ਾਮਿਲ ਹੋਣ ਚਾਹੇ ਕਪਲਿਆਂ ਦੇ ਵਿੱਚ ਸ਼ਾਮਿਲ ਹੋਣ ਚਾਹੇ ਇਲੀਗਲ ਮਾਈਨਿੰਗ ਦੇ ਵਿੱਚ ਸ਼ਾਮਿਲ ਹੋਣ ਚਾਹੇ ਨਸ਼ਾ ਦੇ ਵਿੱਚ ਡਰੱਗਸ ਦੇ ਵਿੱਚ ਸ਼ਾਮਿਲ ਹੋਣ ਜਾਂ ਕਿਸੇ ਹੋਰ ਕਰਾਇਮ ਦੇ ਵਿੱਚ ਸ਼ਾਮਿਲ ਹੋਣ ਹੁਣ ਮਾਫੀਆ ਮਾਫੀਆ ਬਹੁਤ ਚਲਦੇ ਨੇ ਚਾਹੇ ਇਲੀਗਲ दारू ਹੈ ਉਹਦੇ ਵਿੱਚ ਸ਼ਾਮਿਲ ਹੋਣ ਸਰਕਾਰ ਨੂੰ ਲਾਸ ਹੋਇਆ ਲੋਕਾਂ ਦਾ ਲੋਕਾਂ ਦੀ ਜਾਨ ਗਈ ਹੈ ਤੇ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਸੀਗਾ ਹੁਣ ਤੱਕ ਇਹ ਸਰਕਾਰ ਤੋਂ ਹੁਣ ਕੋਈ ਪੰਜਾਬ ਦੇ ਲੋਕਾਂ ਨੂੰ ਕੋਈ ਉਮੀਦ ਨਹੀਂ ਇਹ ਸਰਕਾਰ ਤੋਂ ਮੈਨੂੰ ਮੈਂ ਆਪ ਇਸ ਗੱਲ ਨੂੰ ਸੋਚਦਾ ਸੀਗਾ ਕਿ ਦੋ ਸਰਕਾਰਾਂ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਲੋਕਾਂ ਨੇ ਉਹਨਾਂ ਨੂੰ ਸਾਈਡਸ ਕਰਤਾ ਲੋਕਾਂ ਨੇ ਇਸ ਸਰਕਾਰ ਨੂੰ ਫੁੱਲ ਮੈਜੋਰਿਟੀ ਨਾਲ ਲੈ ਕੇ ਆਏ ਸੀਗੇ ਲੋਕ ਕਿ ਜੀ ਆ ਜਸਟਿਸ ਦਿਲਾਓਗੇ ਸਾਨੂੰ ਸਾਡਾ ਸੇਵਾ ਕਰੋਗੇ ਕਾਨੂੰਨ ਪੰਜਾਬ ਦੀ ਲਾਅ ਐਂਡ ਆਰਡਰ ਠੀਕ ਰੱਖੂਗੀ ਨਸ਼ਾ ਤੋਂ ਖੜਾ ਛਡਾਊਗੀ ਹੋਰ ਜਿੰਨੇ ਕ੍ਰਾਈਮ ਹੋ ਰਹੇ ਆ ਮਾਫੀਆਜ਼ ਹੈ ਉਹਨਾਂ ਨੂੰ ਖਤਮ ਕਰੂਗੀ ਜੀ ਔਰ ਇਸ ਫਰੰਟ ਦੇ ਉੱਪਰ ਸਰਕਾਰ ਕੰਪਲੀਟਲੀ ਫੇਲ ਹੈ। ਹੂੰ ਡਰੱਗ ਹੂੰ ਜਿਹੜੀ ਹੁਣ ਹੋ ਰਹੀ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ। ਹੂੰ ਜਿਹੜੀ ਪਹਿਲਾਂ ਹੋਈ ਹੈ ਡਰੱਗ ਦੇ ਵਿੱਚ ਜਿਹੜੇ ਕ੍ਰਾਈਮ ਹੋਏ ਹੈ ਪਹਿਲਾਂ ਤੇ ਜਿਹੜੇ ਬੰਦੇ ਸ਼ਾਮਿਲ ਸੀ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਵੀ ਇਸੇ ਸਰਕਾਰ ਦਾ ਕੰਮ। ਹੂੰ ਜਿਹੜੇ ਘਪਲੇ ਪਹਿਲਾਂ ਹੋਏ ਹੈ ਜਿਹਦੇ ਵਿੱਚ ਕਈ ਆਈਐਸ ਅਫਸਰ ਸ਼ਾਮਿਲ ਆਏ ਉਹਨਾਂ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋਇਆ। ਹੂੰ ਉਹਨਾਂ ਦੇ ਨਾਂ ਆਏ ਬਾਕਾਇਦਾ ਇਨਕੁਆਇਰੀ ਹੋਈ ਹੈ। ਕੋਈ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ। ਇਹਦਾ ਮਤਲਬ ਹੈ ਕਿ ਤੁਸੀਂ ਇਹ ਸਿਗਨਲ ਦੇ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਕਿ ਜੇ ਨੂੰ ਅਸੀਂ ਬਚਾਉਣਾ ਚਾਹਾਂਗੇ ਬਚਾ ਲਾਂਗੇ ਕੋਈ ਕੁਝ ਨਹੀਂ ਕਰ ਸਕਦਾ ਮੇਰੇ ਹਿਸਾਬ ਨਾਲ ਇਹਨਾਂ ਐਰੋਗੈਂਸ ਠੀਕ ਨਹੀਂ ਜੇ ਉਹ ਸਰਕਾਰ ਉਹ ਸਰਕਾਰਾਂ ਨੂੰ ਲੋਕਾਂ ਨੇ ਬਰطرف ਕੀਤਾ ਤੇ ਲੋਕਾਂ ਨੇ ਫਿਰ ਇਹ ਸਰਕਾਰ ਨੂੰ ਵੀ ਦੁੜਾ ਦੇਣਾ ਜੇ ਕੰਮ ਨਹੀਂ ਕੀਤਾ ਤਾਂ ਜੇ ਸਰਕਾਰ ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਸਰਕਾਰ ਦੇ ਕੋਲੇ ਨਾਮ ਨੂੰ ਮੌਜੂਦ ਹੈ ਚਾਹੇ ਮਾਈਨਿੰਗ ਵਾਲੇ ਚਾਹੇ ਡਰੱਗ ਵਾਲੇ ਦੇ ਹੁਣ ਜੇ ਭਗਵੰਤ ਮਾਨ ਸਰਕਾਰ ਤੁਹਾਡੇ ਤੋਂ ਮਦਦ ਲੈਣੀ ਚਾਹੇ ਤੇ ਤੁਹਾਨੂੰ ਪੁੱਛੇ ਕਿ ਭਾਈ ਦੱਸੋ ਤੁਸੀਂ ਤੁਹਾਡੇ ਕੋਲੇ ਨਾਮ ਤਾਂ ਹੈਗੇ ਆ ਤੁਸੀਂ ਸਾਡੀ ਮਦਦ ਕਰਦੇ ਹੋ ਕਿ ਕਿਹੜੇ ਕਿਹੜੇ ਕਾਂਗਰਸ ਦੇ ਜਾਂ ਹੋਰ ਐਮ ਐਲ اے ਮੰਤਰੀ ਡਰੱਗ ਦੇ ਵਿੱਚ ਜਾਂ ਫਿਰ ਮਾਈਨਿੰਗ ਦੇ ਵਿੱਚ ਇਨਵੋਲਵ ਰਹੇ ਆ ਤੁਸੀਂ ਮਦਦ ਕਰ ਸਕਦੇ ਨਹੀਂ ਵੈਸੇ ਤਾਂ ਇਨਾਂ ਕੋਲ ਰਿਕਾਰਡ ਸਟੇਟ ਗਵਰਨਮੈਂਟ ਦੇ ਵਿੱਚ ਕੋਲ ਰਿਕਾਰਡ ਸਾਰਾ ਪਿਆ ਹੈ ਬਰ ਸਟਿਲ ਜੇ ਉਹਨਾਂ ਨੂੰ ਕੋਈ ਰਿਕੁਆਇਰਮੈਂਟ ਹੈ ਅਸੀ ਇਨਫੋਰਮੇਸ਼ਨ ਦੀ ਤੇ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਮਤ ਕਰ ਦੂੰਗੇ ਮੈਨੂੰ ਕੋਈ ਇਤਰਾਜ਼ ਨਹੀਂ ਜੇ ਮੇਰੀ ਕੋਈ ਹੈਲਪ ਚਾਹੀਦੀ ਕਿਸੇ ਵੀ ਤਰ੍ਹਾਂ ਦੀ ਤਾਰੇ ਕੋਲ ਤੱਤਬੂਤ ਤਾਂ ਹੈਗੇ ਆ ਤੁਹਾਡੇ ਕੋਲ ਹੋਰ ਰਿਕਾਰਡ ਆ ਸਾਰਾ ਕੁਝ ਉਹ ਜਿਹੜੇ ਰਿਕਾਰਡ ਹੈ ਸੀਐਟ ਗਵਰਨਮੈਂਟ ਦੇ ਨਾਲ ਐਕਸਚੇਂਜ ਕੀਤੇ ਹੋਏ ਆ ਸਟੇਟ ਗਵਰਨਮੈਂਟ ਦੇ ਅਧਿਕਾਰ ਦੇ ਹਾਂਜੀ ਹਾਂਜੀ ਬਿਲਕੁਲ ਪਿਆ ਅੱਛਾ ਹਾਂਜੀ ਚਲੋ ਪਿਛਲੀ ਸਰਕਾਰ ਤਾਂ ਉਹਨਾਂ ਦੀ ਹੀ ਸੀ ਉਹ ਵੇਚਾਰੇ ਸੀ ਇਹਦੀ ਕੀ ਮਜਬੂਰੀ ਹੈ ਇਹ ਭਰੀਨਾਂ ਨੂੰ ਦੱਸਣਾ ਪੈਣਾ ਕੀ ਮਜਬੂਰੀ ਹੈ ਮਜਬੂਰੀ ਇਹ ਹੀ ਹੈ ਕਿ ਵਿਰੋਧੀ ਤੇ ਇਹਨਾਂ ਦੇ ਖਿਲਾਫ ਨਹੀਂ ਬੋਲਦੀ ਹਮ ਔਰ ਬੇਸ਼ੱਕ ਇਸੇ ਤਰੀਕੇ ਦੇ ਨਾਲ ਚੁੱਪ ਕਰਵਾਈ ਬੈਠੇ ਹੋਣੇ ਇਹ ਵੀ ਇੱਕ ਬਦਕਿਸਮਤੀ ਹੈ ਪੰਜਾਬ ਦੇ ਵਿੱਚ ਕਿ ਵਿਰੋਧੀ ਧਿਰ ਇਸ ਟਾਈਮ ਕੋਈ ਹੈ ਨਹੀਂ ਜਿਹੜੀ ਵਿਰੋਧੀ ਧਿਰ ਕਾਂਗਰਸ ਆਪਣੇ ਆਪ ਨੂੰ ਕਹਿੰਦੀ ਹੈ ਉਹਨਾਂ ਦਾ ਤਾਂ ਅਲਾਇੰਸ ਇਹਨਾਂ ਨਾਲ ਉਹ ਵਿਰੋਧੀ ਧਿਰ ਨਹੀਂ ਹੈ ਮਤਲਬ ਪੰਜਾਬ ਦੀ ਬਦਕਿਸਮਤੀ ਇਹ ਹੈ ਕਿ ਹੋਰਾਂ ਸੂਬਿਆਂ ਦੇ ਵਿੱਚ ਤਾਂ ਚਲੋ ਸਟੇਟਾਂ ਦੇ ਵਿੱਚ ਸਰਕਾਰਾਂ ਹੀ ਚੰਗੀਆਂ ਨਹੀਂ ਨਿਕਲਦੀਆਂ ਸਾਡੀ ਬਦਕਿਸਮਤੀ ਇਹ ਹੈ ਕਿ ਸਾਡੀ ਜਿੱਥੇ ਸਰਕਾਰ ਨਹੀਂ ਚੰਗੀ ਨਿਕਲਦੀ ਸਾਡੀ ਵਿਰੋਧੀ ਧਿਰ ਵੀ ਚੰਗੀ ਨਹੀਂ ਜਿਹੜੀ ਆ ਨਿਕਲਦੀ ਜਿਹਦੇ ਕਰਕੇ ਸਰਕਾਰ ਹੋਰ ਖਰਾਬ ਹੋ ਜਾਂਦੀ ਹੈ ਮੈਂ ਬੜਾ ਕਲੀਅਰ ਇਸ ਮੈਟਰ ਦੇ ਉੱਪਰ ਮੈਂ ਕਲੀਅਰ ਬੋਲਦਾ ਜਿਹੜੀ ਵਿਰੋਧੀ ਧਿਰ ਕਾਂਗਰਸ ਹੈ ਇਸ ਟਾਈਮ ਇਸ ਗਵਰਨਮੈਂਟ ਦੇ ਖਿਲਾਫ اپੋਜੀਸ਼ਨ ਸਿਰਫ ਕਾਂਗਰਸ ਹੈ ਜਿਨ੍ਹਾਂ ਦੇ ਕੋਲ ਸਾਰਾ 18 ਐਮ ਐਲ ਏ ਜਿੰਨੇ ਵੀ ਹੈ ਉਹ ਤਕਰੀਬਨ ਤਕਰੀਬਨ ਕੰਪਲੀਟਲੀ 100% ਫੇਲ ਹੋ ਚੁੱਕੇ ਜਿਹੜੀ ਉਹਨਾਂ ਦੀ ਡਿਊਟੀ ਬਣਦੀ ਸੀ ਡਰਦੇ ਬੋਲਦੇ ਨਹੀਂ ਇਹ ਨਹੀਂ ਮੈਨੂੰ ਪਤਾ ਕੀ ਡਰ ਲੱਗਦਾ ਉਹਨਾਂ ਨੂੰ ਪਰ ਜਿਨ੍ਹਾਂ ਨੇ ਡਿਊਟੀ ਸੀ اپੋਜੀਸ਼ਨ ਐਜ਼ ਅਪੋਜੀਸ਼ਨ ਉਹ ਰੋਲ ਉਹਨਾਂ ਨੇ ਖਤਮ ਕਰ ਲਿਆ ਉਹਨਾਂ ਦੇ ਪਿੱਛੇ ਲੱਗੂ ਹੈ ਤੇ ਇਹ ਸ਼ਰਮ ਦੀ ਗੱਲ ਹੈ ਸਾਡੇ ਵਾਸਤੇ ਪੰਜਾਬੀਆਂ ਵਾਸਤੇ ਵੀ ਸ਼ਰਮ ਦੀ ਗੱਲ ਹੈ ਕਿ ਅਸੀਂ ਇਦਾਂ ਦਾ ਵਿਰੋਧੀ ਧਿਰ ਦਿੱਤਾ ਜਿਹੜਾ ਉਹਨਾਂ ਦੇ ਨਾਲ ਬੈਠੇ ਹੋਏ ਉਪਰੋਂ ਉਪਰੋਂ ਲੜਦੇ ਹੋਣੇ ਪਰ ਅੰਦਰੋਂ ਕੋਈ ਮੁੱਦੇ ਨਹੀਂ ਚੱਕਦੇ ਮੁੱਦੇ ਨਹੀਂ ਚੱਕ ਬਿਲਕੁਲ ਸਰ ਤੁਸੀਂ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਤਾਈਸਨ ਸਰਦਾਰ ਨਰਿੰਦਰ ਸਿੰਘ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮਸਲਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਸਰਦਾਰ ਨਰਿੰਦਰ ਸਿੰਘ ਜੀ ਹੁਰਾਂ ਦੇ ਇਹ ਖੁਲਾਸੇ ਜਿਹੜੇ ਆ ਔਰ ਇਹ ਜਿਹੜੀ ਇੰਟਰਵਿਊ ਆ ਸਰਕਾਰ ਜ਼ਰੂਰ ਦੇਖੂਗੀ ਔਰ ਇਸ ਇੰਟਰਵਿਊ ਤੋਂ ਬਾਅਦ ਕੁਝ ਨਾ ਕੁਝ ਐਕਸ਼ਨ ਜ਼ਰੂਰ ਲੈਣਾ ਬਣਦਾ ਔਰ ਸਰਦਾਰ ਨਰਿੰਦਰ ਸਿੰਘ ਹੋਰਾਂ ਦੀ ਵੀ ਹੈਲਪ ਸਰਕਾਰ ਜਿਹੜੀ ਉਹਨਾਂ ਨੇ ਕਿਹਾ ਕਿ ਜੇ ਮੇਰੀ ਹੈਲਪ ਲੈਣਾ ਚਾਹੁੰਦੀ ਹੈ ਤਾਂ ਮੈਂ ਦੇਣ ਨੂੰ ਤਿਆਰ ਆ ਪਰ ਪੰਜਾਬ ਦੇ ਭਲਾਈ ਦੇ ਲਈ ਸਰਕਾਰ ਕੰਮ ਜ਼ਰੂਰ ਕਰੇ ਧੰਨਵਾਦ